ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਸਾਰੀ ਬਰਸੀ ਖੱਟਣ ਗਿਆ ਸੀ, ਉਹ ਖੱਟ ਕੇ ਲਿਆਂਦੀ ਖੰਡ, ਬਈ ਸਾਰੇ ਸੀ ਸੀ ਕਰਦੇ, ਹਾਏ ਸਾਰੇ ਸੀ ਸੀ ਕਰਦੇ, ਕਹਿੰਦੇ ਬਹੁਤ ਪੈਰੀ ਹੈ ਠੰਡ। ਸਵਾਗਤ ਹੈ ਪ੍ਰੋਗਰਾਮ ਕੰਟੀਨੀ ਮੰਡੀਰ ਦੇ ਵਿੱਚ ਰਵਨੀਤ ਵੱਲੋਂ। ਸੋ ਤੁਹਾਡੇ ਆਪਣੇ ਫੇਵਰੇਟ ਚੈਨਲ MH1 ਦੇ ਉੱਤੇ ਤੁਸੀਂ ਪ੍ਰੋਗਰਾਮ ਦੇਖੀ ਜਾਂਦੇ ਹੋ ਜੀ, ਬਾਕੀ ਠੰਡ ਤੋਂ ਬਚੇ ਰਹੇ ਹੋ ਜਿਵੇਂ ਮੈਂ ਪਹਿਲਾਂ ਹੀ ਕਿਹਾ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਸੋਹਣੇ ਸੋਹਣੇ ਬੱਚੇ, ਸੋਹਣੇ ਸੋਹਣੇ ਕੰਟੀਨਾਂ ਅਤੇ ਸੋਹਣੇ ਸੋਹਣੇ ਕਾਲਜਾਂ ਦਾ ਦੌਰਾ ਮੈਂ ਇਸ ਪ੍ਰੋਗਰਾਮ ਦੇ ਰਾਹੀਂ ਕਰਵਾਉਣਾ ਹੁੰਦਾ, ਅਤੇ ਅੱਜ ਮੈਂ ਆ ਪਹੁੰਚਿਆ ਜੀ ਈ ਮੈਕਸ ਗਰੁੱਪ ਆਫ ਇੰਸਟੀਟਿਊਸ਼ਨ ਜਿਹੜਾ ਕਿ ਅੰਬਾਲੇ ਦੇ ਵਿੱਚ ਪੈਂਦਾ। ਬਹੁਤ ਸੋਹਣਾ ਕੈਂਪਸ ਹੈ ਜੀ, ਨਵਾਂ ਕੈਂਪਸ ਬਣਿਆ, ਥੋੜ੍ਹਾ ਜਿਹਾ ਬਣ ਵੀ ਰਿਹਾ। ਬਾਕੀ ਆਪਾਂ ਫਨ ਕਰਦੇ ਹਾਂ, ਬੱਚਿਆਂ ਨਾਲ ਗੱਲਾਂ ਬਾਤਾਂ ਕਰਦੇ ਹਾਂ, ਹੈਗੇ ਨੀ, ਚੱਲੀਏ ਬੱਚਿਆਂ ਵਾਲੇ ਪਾਸੇ। ਆਜੋ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਠੀਕ ਹੈ। ਠੰਡ ਬਹੁਤ ਆ ਨਾ? ਹਾਂਜੀ। ਤਾਂ ਹੀ ਇੱਦਾਂ ਇਕੱਠੇ ਜੋ ਕੇ ਬੈਠੇ ਹੋ ਕਿ ਮੈਂ ਆਇਆ ਤਾਂ ਮੇਰੇ? ਨਹੀਂ ਨਹੀਂ, ਠੰਡ ਹੈ ਇਸ ਲਈ। ਅੱਛਾ, ਠੰਡ ਹੈ ਇਸ ਕਰਕੇ। ਕੀ ਨਾਮ ਹੈ ਜੀ? ਸ਼ਿਖਾ। ਸ਼ਿਖਾ, ਸ਼ਿਖਾ ਕਿੱਥੋਂ ਕਿੱਥੋਂ ਬਿਲੋਂਗ ਕਰਦੇ ਹੋ? ਹਿਮਾਚਲ। ਹਿਮਾਚਲ, ਹਿਮਾਚਲ ਸੇ ਕਹਾਂ? ਹਮੀਰਪੁਰ। ਹਮੀਰਪੁਰ, ਹਮੀਰਪੁਰ ਕਿਸ ਚੀਜ਼ ਕੇ ਲਈ ਫੇਮਸ ਹੈ? ਐਕਚੁਅਲੀ ਮੁਝੇ ਵੀ ਨਹੀਂ ਪਤਾ ਹੈ। ਅੱਛਾ, ਆਪਕੋ ਵੀ ਨਹੀਂ ਪਤਾ? ਮੈਂ ਵਹਾਂ ਕਭੀ ਰਹੀ ਨਹੀਂ। ਅੱਛਾ, ਕਭੀ ਰਹੀ ਨਹੀਂ, ਤੋ ਕਹਾਂ ਪੇ ਰਹੇ ਹੋ ਆਪ? ਮੈਂ ਸਾਊਥ ਮੇਂ ਜ਼ਿਆਦਾ ਰਹੀ ਹੂੰ। ਪਾਪਾ ਮੰਮੀ ਕਿਆ ਕਰਤੇ ਹੈਂ? ਪਾਪਾ ਇੰਡੀਅਨ ਨੇਵੀ ਮੈਂ। ਨੇਵੀ ਮੈਂ? ਹਾਂਜੀ। ਉਹ ਟੂਰ ਵਗੈਰਾ ਪੂਰੇ ਲਗਾਤੇ ਹੋਂਗੇ? ਹਾਂਜੀ। ਹੈਨਾ ਜੀ, ਤੁਹਾਨੂੰ ਵੀ ਮੌਕਾ ਮਿਲ ਜਾਂਦਾ ਹੋਊਗਾ ਘੁੰਮਣ ਦਾ? ਹਾਂ, ਮੈਂ ਮੋਸਟਲੀ ਬਾਹਰ ਹੀ ਰਹੀ ਹੂੰ। ਅੱਛਾ, ਮੋਸਟਲੀ ਘੁੰਮਦੇ ਰਹੇ ਹੋ? ਹਾਂਜੀ। ਕਿੱਥੇ ਕਿੱਥੇ ਘੁੰਮੇ ਹੋ? ਮੈਂ ਅੰਡੇਮਾਨ ਨਿਕੋਬਾਰ। ਅੰਡੇਮਾਨ ਨਿਕੋਬਾਰ, ਕੋਚੀਨ। ਕਿਦਾਂ ਅੰਡੇਮਾਰ? ਅੰਡੇਮਾਨ ਨਿਕੋਬਾਰ। ਅੰਡੇਮਾਨ ਨਿਕੋਬਾਰ। ਅੱਛਾ, ਹੋਰ ਕਿੱਥੇ ਘੁੰਮੇ ਹੋ? ਕੇਰਲਾ। ਕੇਰਲਾ, ਮੁੰਬਈ। ਮੁੰਬਈ, ਚੇਨਈ। ਚੇਨਈ ਐਂਡ ਤਮਿਲਨਾਡੂ। ਤਮਿਲਨਾਡੂ, ਉੱਥੇ ਗਏ ਹੋ ਤੁਸੀਂ? ਤਾਰੀ ਮੋਰਾ ਪੁੱਛ। ਹਾਂ, ਉਹ ਕਹਾਂ ਹੈ? ਲੈ, ਸਾਰੇ ਜਾਂਦੇ ਉੱਥੇ, ਗਏ ਨਹੀਂ? ਤਾਰੀ ਮੋਰਾ ਪੁੱਛ ਨਹੀਂ ਗਏ? ਨਹੀਂ। ਨੇਵੀ ਦਾ ਕੈਂਪ ਲੱਗਦਾ ਉੱਥੇ? ਨਹੀਂ, ਮੈਨੂੰ ਨਹੀਂ ਪਤਾ। ਤਾਰੀ ਮੋਰਾ ਪੁੱਛੀ? ਜਬ ਆਪ ਬਾਈਪਾਸ ਨਹੀਂ ਹੋ ਜਾਂਦੇ ਟੋਰਾਂਟੋ ਸੇ? ਉਹ ਕਹਾਂ ਹੈ ਯਾਰ? ਟੋਰਾਂਟੋ ਸੇ ਬਾਈਪਾਸ ਹੋਗੇ ਨਾ ਜਬ ਹਮ। ਅੱਛਾ, ਅਗਰ ਹਮ ਇੰਗਲੈਂਡ ਸੇ ਆ ਰਹੇ ਹੈਂ। ਟੋਰਾਂਟੋ ਵੈਸੇ ਵੀ ਇੰਡੀਆ ਮੇਂ ਨਹੀਂ ਹੈ ਔਰ ਬਾਈਪਾਸ ਟੋਰਾਂਟੋ ਮੇਂ ਨਹੀਂ ਹੋਤੇ। ਅੱਛਾ, ਟੋਰਾਂਟੋ ਕਹਾਂ ਪੇ ਹੈ? ਅਬਰੋਡ ਮੈਂ। ਅਬਰੋਡ ਕਹਾਂ ਪੇ? ਇੰਡੀਆ ਸੇ ਬਾਹਰ। ਕੈਨੇਡਾ ਮੇਂ? ਹਾਂਜੀ। ਤੋ ਟੋਰਾਂਟੋ ਸੇ ਜਬ ਹਮ ਬਾਈਪਾਸ ਹੋ ਜਾਏਗਾ ਤੋਮੀ ਚੋਨਾ ਪੋਨਾ ਆਤਾ ਹੈ। ਅੱਛਾ ਅੱਛਾ, ਆਪਨੇ ਬਤਾ ਦਿਆ। ਥੈਂਕ ਯੂ। ਹਾਂ ਠੀਕ, ਵਹਾਂ ਪੇ ਜ਼ਰੂਰ ਜਾਣਾ ਹੈ। ਕਹਾਂ ਪੇ ਜਾਣਾ ਹੈ? ਆਪ ਲੈ ਕੇ ਜਾਏਂਗੇ ਤਾਂ ਜ਼ਰੂਰ। ਮੈਂ ਜ਼ਰੂਰ ਲੈ ਕੇ ਜਾਊਂਗਾ। ਕਹਾਂ ਪੇ ਜਾਏਂਗੇ ਹਮ? ਕਹਾਂ? ਉਹ ਤੋਮੀ ਪਹੁੰਚੇ ਚੋ? ਹਾਂਜੀ ਹਾਂਜੀ। ਕੀ ਹਾਲ ਚਾਲ ਹੈ ਜੀ? ਬਸ ਵਧੀਆ, ਤੁਸੀਂ ਸੁਣਾਓ? ਪੰਜਾਬੀ ਆਉਂਦੀ ਤੁਹਾਨੂੰ? ਹਾਂਜੀ। ਚਲੋ, ਬਹੁਤ ਵਧੀਆ, ਬਹੁਤ ਵਧੀਆ। ਇਹ ਕਿੱਦਾਂ ਬੜੀ ਵਧੀਆ ਹੈ ਨਾ, ਸ਼ੌਲ ਜੀ ਪਾਈ ਹੈ ਜੀ, ਇਹ ਕਢਾਈ ਵਾਲੀ। ਅੱਛਾ ਜੀ। ਹਾਂਜੀ, ਨਹੀਂ ਵਧੀਆ ਨਹੀਂ ਹੈਗੀ? ਵਧੀਆ ਨਹੀਂ? ਵਧੀਆ, ਟੌਰ ਟਾਰ ਕੱਢੀ ਤੁਸੀਂ? ਹਾਂਜੀ। ਠੰਡ ਬਹੁਤ ਹੋ ਗਈ ਹੈ ਨਾ ਜੀ? ਸਹੀ ਗੱਲ ਹੈ, ਫਿਰ ਟੌਰ ਤਾਂ ਕੱਢਣੀ ਪੈਂਦੀ ਹੈ। ਟੌਰ ਤਾਂ ਕੱਢਣੀ ਪੈਂਦੀ ਹੈ। ਦੇਖੋ, ਅੱਛਾ, ਠੰਡ ਵਧੀਆ ਲੱਗਦੀ ਹੈ ਕਿ ਗਰਮੀਆਂ? ਠੰਡ। ਠੰਡ? ਹਾਂਜੀ। ਗਰਮੀ 'ਚ ਪਸੀਨਾ ਬਹੁਤ ਆਉਂਦਾ? ਗਰਮੀਆਂ 'ਚ ਪਸੀਨਾ ਬਹੁਤ ਆਉਂਦਾ। ਨਾਲੇ ਨਹਾਉਣਾ ਪੈਂਦਾ? ਨਹੀਂ, ਉਹ ਗੱਲ ਨਹੀਂ, ਸਰਦੀਆਂ 'ਚ ਵੀ ਨਹਾਈਦਾ ਯਾਰ। ਅੱਛਾ, ਨਹਾਉਂਦੇ ਹੋ? ਹਾਂਜੀ। ਨਹੀਂ, ਨਾਲੇ ਕਹਿੰਦੇ ਵੀ ਠੰਡ 'ਚ ਬੰਦਾ ਘੱਟ ਨਹਾਉਂਦਾ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਆ। ਉਹ ਤਾਂ ਆਪਣੇ 'ਤੇ ਡਿਪੈਂਡ ਕਰਦਾ ਨਾ ਬੰਦਾ ਕਿੰਨਾ ਕੁ ਨਹਾਉਣਾ ਚਾਹੁੰਦਾ। ਅੱਛਾ, ਮੰਮੀ ਆਪਾਂ ਹੀ ਕਰਦੇ? ਮੰਮੀ ਹਾਊਸ ਵਾਈਫ ਆ, ਡੈਡੀ ਰੇਲਵੇ 'ਚ। ਡੈਡੀ ਰੇਲਵੇ 'ਚ? ਹਾਂਜੀ। ਅੱਛਾ, ਹੋਰਨ ਦੀ ਆਵਾਜ਼ ਆਉਂਦੀ ਸਾਨੂੰ ਟ੍ਰੇਨ ਦੀ? ਕੱਢ ਸਕਦੇ ਹੋ? ਕੱਢ ਸਕਦੇ ਹੋ? ਨਹੀਂ। ਡੈਡੀ ਰੇਲਵੇ 'ਚ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਹੈੱਡਫੋਨ ਕੰਨਾਂ 'ਚ ਹੈ ਨੀ? ਹਾਂਜੀ। ਇਹ ਕਿੱਦਾਂ ਗੱਲ ਹੋ ਰਹੀ ਕਿਸੇ ਨਾਲ ਜਾਂ ਗਾਣੇ ਗੁਣੇ ਸੁਣ ਰਹੇ? ਗਾਣੇ ਸੁਣਦੇ, ਇੱਥੇ ਹੈ ਨਹੀਂ ਕੁਝ, ਕੋਈ ਹੈਗਾ ਹੀ ਨਹੀਂ ਗੱਲਬਾਤ ਕਰਨ ਨੂੰ। ਗੱਲਬਾਤ ਕਰਨ ਕੋਈ ਨਹੀਂ ਹੈਗਾ ਇੱਥੇ? ਕੋਈ ਪੰਜਾਬੀ ਵੀ ਨਹੀਂ ਹੈਗਾ? ਅੱਛਾ, ਪੰਜਾਬੀ ਵੀ ਨਹੀਂ ਹੈਗਾ। ਅੱਛਾ, ਜੇ ਇੱਥੇ ਪੰਜਾਬੀ ਹੁੰਦਾ ਫਿਰ? ਸੋਹਣਾ ਮੈਂ ਹੁਣ ਕੋਈ ਗਾਣਾ ਹੈ? ਰਜਨੀ ਸ਼ਰਮਾ। ਰਜਨੀ ਸ਼ਰਮਾ? ਹਾਂਜੀ। ਰਜਨੀ ਜੀ ਸ਼ਰਮਾਓ? ਨਹੀਂ, ਸ਼ਰਮਾਤੀ ਨਹੀਂ ਹੋ ਮੈਂ। ਸ਼ਰਮਾਤੀ ਨਹੀਂ ਹੋ, ਵੈਸੇ ਘਰ ਦੇ ਨਾਮ ਰੱਖਿਆ ਵੀ ਰਜਨੀ ਸ਼ਰਮਾ। ਮੇਰਾ ਸਰਨੇਮ ਸ਼ਰਮਾ ਹੈ। ਅੱਛਾ, ਠੀਕ ਹੈ ਜੀ, ਠੀਕ ਹੈ। ਪਲੀਜ਼, ਹੌਬੀਜ਼ ਕੀ ਹੈ ਤੁਹਾਡੇ, ਸ਼ੌਂਕ ਕੀ ਹੈ? ਪੜ੍ਹਾਈ ਕਰਨਾ। ਪੜ੍ਹਾਈ ਕਰਨਾ? ਸਭ ਕੋ ਹੱਸਣਾ ਹਸਾਨਾ। ਸਭ ਕੋ ਹਸਾਨਾ? ਸਭ ਕੇ ਸਾਥ ਮਿਲ ਕੇ ਰਹਿਣਾ। ਮੈਨੂੰ ਹਸਾਓ। ਆਪਕੇ ਬਾਲ ਬਹੁਤ ਗੰਦੇ ਲੱਗ ਰਹੇ ਹੈ। ਬਾਲ ਬਹੁਤ ਗੰਦੇ ਲੱਗ ਰਹੇ ਹੈ। ਅੱਛਾ, ਇੱਕ ਟੰਗ ਟਵਿਸਟਰ ਹੈ, ਤੁਸੀਂ ਵੀ ਦੇਖ ਲਓ ਜੀ, ਤੁਸੀਂ ਵੀ ਸੁਣ ਲਓ। ਚਿੱਟਾ ਟੈਚੀ, ਚਿੱਟੇ ਟਿੱਚ ਬਟਨ। ਹਾਂਜੀ,
ਚਿੱਟਾ ਤੇਜੀ ਚਿੱਟੇ ਹੋ ਜਾਣਾ ਹੁਣ ਹੁਣ ਆਤੇ ਕਟਿੰਗ ਬਹੁਤ ਗੰਦੀ ਹੈ ਹੁਣ ਚਿੱਟਾ ਤੇਜੀ ਚਿੱਟ ਵਜਾ ਜਾਣਾ ਓਕਾ 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 ਕੰਮ ਤੋਂ ਠੀਕ ਹੈ ਜੀ ਅੱਗੇ ਚੱਲਦੇ ਆ ਬੱਚਿਆਂ ਨਾਲ ਠੰਡ ਬਹੁਤ ਹੋ ਗਈ ਹਨਾ ਤੁਸੀਂ ਵੀ ਇਕੱਠੇ ਹੋਈ ਫਿਰਦੇ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਬਾਈ ਆਪਣਾ ਅਰਵਿੰਦ ਹੈ ਜੀ ਇੱਕ ਟੰਗ ਟਵਿਫਟਰ ਹੈ ਚਿੱਟਾ ਟੈਚੀ ਚਿੱਟੇ ਟਿਚ ਬਟਨ ਚਿੱਟਾ ਟੈਚੀ ਹਾਂ ਚਿੱਟੇ ਟਿਚ ਬਟਨ ਚਿੱਟਾ ਟੈਚੀ ਚਿੱਟੇ ਟਿਚ ਬਟਨ 10 ਵਾਰੀ ਬੋਲਣਾ ਸਪੀਡ ਨਾਲ ਖਿੱਚ ਕੇ ਚਿੱਟਾ ਟੈਚੀ ਚਿੱਟਾ ਟਿਚ ਬਟਨ ਨਹੀਂ ਨਹੀਂ ਅੱਛਾ ਜੇ ਤੁਹਾਨੂੰ ਪ੍ਰਿੰਸੀਪਲ ਬਣਾ ਦਈਏ ਇੱਕ ਦਿਨ ਕਾਲਜ ਦਾ ਅੱਛਾ ਜੀ ਕੀ ਚੇਂਜਸ ਕਰੋਗੇ ਕੀ ਕਰੋਗੇ ਇੱਥੇ ਸਭ ਤੋਂ ਪਹਿਲਾਂ ਤਾਂ ਆਪਣਾ ਕਾਲਜ ਦਾ ਗੇਟ ਖੁਲਵਾਵਾਂਗਾ ਜੀ ਗੇਟ ਖੁਲਵਾਵਾਂਗਾ ਗੇਟ ਬੰਦ ਰਹਿੰਦਾ ਹਾਂ ਜੀ ਬੰਦ ਰਹਿੰਦਾ ਓਹ ਹੋ ਹੋ ਫਿਰ ਲੰਘਦੇ ਕਿੱਦਾਂ ਟੱਪਦੇ ਹੋ ਗੇਟ ਦੇ ਉੱਤੋਂ ਦੀ ਪਿੱਛੋਂ ਟੱਪ ਜਾਂਦੇ ਜੀ ਅੱਛਾ ਪਿੱਛੋਂ ਟੱਪਦੇ ਹੋ ਜਾਓ ਗੇਟ ਖੁਲਵਾਉਂਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਮਰਜ਼ੀ ਆਵੇ ਜਦੋਂ ਮਰਜ਼ੀ ਕੋਈ ਜਾਵੇ ਗਾਂ ਆਵੇ ਡੰਗਰ ਆਵੇ ਤੋਤੇ ਜੋ ਮਰਜ਼ੀ ਆਏ ਜੀ ਫਿਰ ਅੱਛਾ ਜੋ ਮੈਂ ਕਹਿੰਦਾ ਸਾਰੇ ਆਈ ਜਾਣ ਸਭ ਆਣਗੇ ਠੀਕ ਹੈ ਚਲੋ ਠੀਕ ਹੈ ਹੋਰ ਜੀ ਬਾਈ ਕੀ ਹਾਲ ਚਾਲ ਹੈ ਜੀ ਬਸ ਵਧੀਆ ਜੀ ਇਹ ਦਾੜੀ ਸਾਈਡਾਂ ਤੇ ਆਈ ਨਹੀਂ ਇੱਥੇ ਜਾਲੀ ਜ਼ਿਆਦਾ ਆ ਗਈ ਹਾਂ ਇੱਥੇ ਜ਼ਿਆਦਾ ਆ ਗਈ ਇੱਥੇ ਜ਼ਿਆਦਾ ਖੇਤੀ ਵਧੀ ਜ਼ਿਆਦਾ ਆ ਗਈ ਆ ਜਾਂਦੀ ਹੈ ਆ ਜਾਂਦੀ ਹੈ ਦੰਦ ਦਿਖਾਇਓ ਜੀ ਆਏ ਹਾਏ ਹਾਏ ਸੋਚ ਨਾ ਉਹ ਮੇਰੇ ਵੀ ਡੇਢੇ ਭਰਾਵਾ ਭਾਈ ਐਸੇ ਹੀ ਹੁੰਦੇ ਹਾਂ ਇਹ ਲੱਕੀ ਹੈ ਕੰਮ ਔਰ ਕੀ ਹਾਂ ਹਾਂ ਅੱਛਾ ਸਕੇਲ ਕਿਉਂ ਰੱਖਿਆ ਹੈ ਸਕੇਲ ਐਗਜ਼ਾਮ ਤਾਂ ਜੀ ਨਹੀਂ ਨਹੀਂ ਐਗਜ਼ਾਮ ਨਹੀਂ ਮੈਨੂੰ ਪਤਾ ਇਹ ਨਾ ਸਰਦੀਆਂ ਚੱਲ ਰਹੀਆਂ ਇਹ ਨਹਾਉਂਦੇ ਹੈ ਨਹੀਂ ਇਹਨਾਂ ਨੂੰ ਹੁੰਦੀ ਹੈ ਖੁਰਕ ਫਿਰ ਐਂ ਕਰਦੇ ਹਾਂ ਹਾਂ ਜੀ ਇਹ ਵੀ ਕੰਮ ਕਰਦੇ ਨੇ ਇਹ ਵੀ ਕੰਮ ਕਰਦੇ ਨਾ ਅੱਛਾ ਅਗਰ ਆਪਕੋ ਪ੍ਰਿੰਸੀਪਲ ਬਣਾ ਦਿਆ ਜਾਏ ਇੱਕ ਦਿਨ ਦਾ ਕਾਲਜ ਦਾ ਮੈਂ ਯਾਰ ਪੇ ਯਾਰ ਪਰਚੀ ਪੁਰਚੀ ਦਾ ਕੁਝ ਸੀਨ ਕਰਾਉਂਗਾ ਯਾਰ ਮੈਂ ਸੋਚ ਰਿਹਾ ਹਾਂ ਕਾਫੀ ਬੱਚੇ ਫੇਲ ਹੋ ਰਹੇ ਬਾਈ ਇਹ ਚਾਹ ਨਾ ਮੇਰੇ ਪ੍ਰਿੰਸੀਪਲ ਕੋ ਜ਼ਰੂਰ ਦਿਖਾਣਾ ਪਰਚੀ ਪੁਰਚੀ ਕਰਾਣਾ ਚਾਹੀਏ ਠੀਕ ਹੈ ਪਰਚੀ ਅਲਾਊਡ ਹੋਣੀ ਚਾਹੀਦੀ ਪਰਚੀ ਅਲਾਊਡ ਨਹੀਂ ਐਦਾਂ ਹੋਣੀ ਚਾਹੀਦੀ ਵੀ ਇਹ ਪੇਪਰ ਇੱਕ ਬੱਚੇ ਕੋਲ ਇੱਕ ਪਰਚੀ ਅਲਾਊਡ ਹੋਣੀ ਚਾਹੀਦੀ ਹੈ ਨਹੀਂ ਇੱਕ ਬੱਚੇ ਵੇ ਕਮ ਸੇ ਕਮ 3 ਪਰਚੀ ਅਲਾਊਡ ਹੋਣੀ ਚਾਹੀਦੀ ਹੈ 3 ਜ਼ਿਆਦਾ ਜੇ ਬੰਦਾ ਮੰਗ ਲੇ ਤਾਂ 40 ਨੰਬਰ ਪੂਰੇ ਹੋ ਜਾਣ ਅੱਛਾ ਮੰਗ ਵੀ ਲੈਂਦਾ ਕੋਈ ਹੋਰ ਕੀ ਹਾਂ ਠੀਕ ਹੈ ਅੱਛਾ ਗਾਣਾ ਆਉਂਦਾ ਬੰਦਾ ਰੌਣਕੀ ਹੈ ਬਈ ਬੰਦਾ ਰੌਣਕੀ ਹੈ ਚਮ ਚਮ ਇਹ ਵਰਸਣਗੇ ਤੇਰੀ ਦੀਦ ਨੂੰ ਤਰਸਣਗੇ ਨੈਣ ਤੇਰੇ ਨੈਣ ਤੇਰੇ ਨਾਲ ਤਰਸੂਗਾ ਦਿਲ ਤੇਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬੜੀਆ ਜੀ ਅੱਛਾ ਇੱਕ ਟੰਗ ਟਵਿਸਟਰ ਹੈ ਉਹ ਯਾਰਾ ਵੀ ਚਿੱਟਾ ਟੈਚੀ ਚਿੱਟੇ ਟਿਚ ਬਟਨ ਚਿੱਟਾ ਟੈਚੀ ਟਿਚੇ ਜਿਟ ਬਟਨ ਚਿੱਟਾ ਟੈਚੀ ਚਿੱਟੇ ਟਿਚ ਬਟਨ ਛੇਤੀ ਤੇਜ ਤੇਜ ਸਪੀਡ ਨਾਲ ਇਹਦੇ ਤੇ ਤੇਜ ਨਹੀਂ ਤੇ ਸੁਣਾਓ ਫਿਰ ਗਾਣਾ ਅੱਜ ਦੇ ਪੇਪਰ ਪਿੱਛੋਂ 27 ਹੋ ਗਈਆਂ ਨੇ 26 ਤੋਂ ਸਾਨੂੰ ਗੁਲਾਬ ਅੱਜ ਤਾਈ ਮਿਲਿਆ ਨਾ ਕਦੇ ਨੱਡੀ ਤੋਂ ਵਧੀਆ ਜੀ ਇਹ ਅੱਖਾਂ ਕੁੜੀਆਂ ਵਰਗੀਆਂ ਥੋੜੀਆਂ ਨੈਚੁਰਲ ਹੈਗੀ ਇਹ ਲੈਂਸ ਪਾ ਕੇ ਨੈਚੁਰਲ ਆ ਨੈਚੁਰਲ ਜੀ ਓਹੋ ਹੋ ਠੀਕ ਹੈ ਬਿੱਲੀਆਂ ਵਾਲੀ ਅੱਖਾਂ ਹਨਾ ਨਾਮ ਹੀ ਬਿੱਲੂ ਸਿੰਘ ਹੋਣਾ ਨਹੀਂ ਨਹੀਂ ਐਦਾਂ ਮਜ਼ਾਕ ਕਰਦਾ ਹੈਗਾ ਅੱਛਾ ਜੇ ਤੁਹਾਨੂੰ ਪ੍ਰਿੰਸੀਪਲ ਬਣਾ ਦਈਏ ਇੱਕ ਦਿਨ ਦਾ ਜੀ ਤੇ ਕੀ ਕਰੋਗੇ ਫਿਰ ਕੋਈ ਚੇਂਜਸ ਲਿਆਉਂਗੇ ਕਾਲਜ ਦੇ ਵਿੱਚ ਜੀ ਬਿਲਕੁਲ ਚੇਂਜ ਲਾਏਗੇ ਜੀ ਕਿਹੜੀ ਪੇਪਰਾਂ ਤੇ ਕਿਤਾਬਾਂ ਖੁਲਵਾ ਦੇਗੇ ਸਿੱਧੇ ਅੱਛਾ ਉਹ ਪਰਚੀ ਆਣਾ ਸੀਗਾ ਬਾਈ ਇਹਨੇ ਕਿਤਾਬ ਖੁਲਾ ਦੇਣੀ ਜੀ ਪ੍ਰਿੰਸੀਪਲ ਵਰਗੇ ਚਿੱਟੇ ਕੀ ਕਰਨੀ ਕਿਤਾਬਾਂ ਖੁਲਵਾ ਦੇਗੇ ਬੱਚੇ ਹਾਂ ਜਦੋਂ ਬਾਣੀ ਪ੍ਰਿੰਸੀਪਲ ਗਏ ਫਿਰ ਚਿੱਟ ਨੂੰ ਕੀ ਕਰਨਾ ਫਿਰ ਕਿਤਾਬ ਖੁਲਵਾਓ ਪੂਰੀ ਅੱਛਾ ਪਰਚੀ ਕਿੱਥੇ ਲਗਾਉਨੇ ਹੁਣ ਕਿਆ ਉਹਨੇ ਤਾਂ ਅੱਜ ਨਹੀਂ ਬਤਾ ਸਕਦੇ ਸੀ ਇਹਨੂੰ ਪੁੱਛੋ ਅੱਛਾ ਨਹੀਂ ਸੱਚ ਬਾਕੀ ਗੁਰੂ ਬੈਠਿਆ ਕਿ ਸਾਡੇ ਸਾਹਮਣੇ ਗੁਰੂ ਬੈਠਿਆ ਕਿ ਬਤਾਣੇ ਵਾਲੇ ਗੁਰੂ ਗੁਰੂ ਅੱਛਾ ਇੱਧਰ ਚੇਲਾ ਗੁਰੂ ਕਿਹੜਾ ਗੁਰੂ ਆ ਅੱਛਾ ਗੁਰੂ ਮੇਰੀ ਦੱਸ ਰਹੇ ਹਾਂ ਜੀ ਹਾਂ ਜੀ ਹੁਣ ਤੁਹਾਨੂੰ ਗੁਰੂ ਬਣਾਇਆ ਇਹਨਾਂ ਨੇ ਅੱਛਾ ਪਰਚੀ ਕਿੱਥੇ ਲਗਾਉਨੇ ਹੋ ਯਾਰ ਪਰਚੀ ਇਹ ਤੇ ਆਸਤੀਨ ਤੇ ਵੀ ਲਗਾ ਲੈਣੀ ਕਿੱਥੇ ਆਸਤੀਨ ਤੋਂ ਹਾਂ ਅੱਛਾ ਹਾਂ ਦੋ ਚਾਰ ਯਾਰ ਕੰਫੀਡੈਂਸ਼ੀਅਲ ਜਗ੍ਹਾ ਤੋਂ ਵੀ ਲਗਾ ਲੈਣੇ ਆ ਕੰਫੀਡੈਂਸ਼ੀਅਲ ਜਗ੍ਹਾ ਕੰਫੀਡੈਂਸ਼ੀਅਲ ਜਗ੍ਹਾ ਹੋਣੀ ਚਾਹੀਦੀ ਹੈ ਅਭੀ ਐਗਜ਼ਾਮ ਚੱਲ ਰਹੇ ਤਾਂ ਫਿਰ ਪੇਪਰਾਂ ਦੇਣੇ ਵੀ ਯਾਰ ਫਿਰ ਪਤਾ ਚੱਲ ਜਾਣੀ ਇਹ ਜਿਗਰਾ ਹੁੰਦਾ ਜਿਗਰਾ ਟੈਲੈਂਟ ਟੈਲੈਂਟ ਹੈ ਯਾਰ ਦਿਲ ਚਾਹੀਦਾ ਜੀ ਦਿਲ ਚਾਹੀਦਾ ਦਿਮਾਗ ਚਾਹੀਦਾ ਸਾਲਾ ਜਿਗਰਾ ਚਾਹੀਦਾ ਉਸ ਟਾਈਮ ਪਰਚੀ ਮਾਰਨਾ ਜਿਸ ਟਾਈਮ ਟੀਚਰ ਵੀ ਆਪਣਾ ਨਹੀਂ ਜਿਸ ਟਾਈਮ ਟੀਚਰ ਵੀ ਆਪਣਾ ਨਹੀਂ ਔਰ ਸਭ ਤੋਂ ਬੜਾ ਬਾਤ ਫਲਾਈਂਗ ਵੀ ਹੋ ਤਬ ਵੀ ਪਰਚੀ ਮਾਰੇ ਯਾਰ ਕੀ ਬਾਤ ਹੈ ਤਾੜੀਆਂ ਮੁੰਡੇ ਲਈ ਯਾਰ ਮੁੰਡੇ ਲਈ ਤਾੜੀ ਮੁੰਡੇ ਲਈ ਤਾੜੀ ਜਿਗਰਾ ਜਿਗਰਾ ਠੀਕ ਹੈ ਠੀਕ ਹੈ ਹੋਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਜੀ ਕਿੱਥੋਂ ਬਿਲੋਂਗ ਕਰਦੇ ਹੋ ਹਿਮਾਚਲ ਤੋਂ ਹਿਮਾਚਲ ਕਿੱਥੋਂ ਚੰਬਾ ਡਿਸਟ੍ਰਿਕਟ ਸਾਹ ਚੜਿਆ ਕੀ ਗੱਲ ਪੌੜੀਆਂ ਚੜੀਆਂ ਨਹੀਂ ਨਹੀਂ ਪੌੜੀਆਂ ਨਹੀਂ ਚੜੀਆਂ ਬਸ ਐਵੇਂ ਠੰਡ ਕੁਝ ਜ਼ਿਆਦਾ ਪੈ ਗਈ ਹਾਂ ਠੰਡ ਜ਼ਿਆਦਾ ਪੈ ਗਈ ਹੈ ਅੱਛਾ ਪ੍ਰਪੋਜ਼ ਕੀਤਾ ਕਿਤੇ ਕੁੜੀ ਨੂੰ ਹਾਂ ਕੀਤਾ ਹੈ ਆਏ ਹਾਏ ਹਾਏ ਕੀਤਾ ਆਹੋ ਕੀਤਾ ਹੈ ਅੱਛਾ ਕਿੱਦਾਂ ਕੀ ਆਏ ਸ਼ੇਰ ਬਣ ਗਿਆ ਸ਼ੇਰ ਬਣ ਗਿਆ ਕੀਤਾ ਆਇਆ ਮੰਨੀ ਕਿ ਨਹੀਂ ਫਿਰ ਨਹੀਂ ਮੰਨੀ ਮੰਨੀ ਨਹੀਂ ਨਹੀਂ ਮੰਨੀ ਕਿੱਦਾਂ ਮੈਂ ਸਪੋਜ਼ ਕਰੋ ਕੁੜੀ ਆ ਹਾਂ ਮੈਂ ਇੱਥੇ ਬੈਠੀ ਹਾਂ ਆ ਮਾਈਕ ਫੜੋ ਤੁਸੀਂ ਉਧਰ ਆਉਣਾ ਪ੍ਰਪੋਜ਼ ਕਰਨਾ ਉਹੀ ਕੁੜੀ ਹੈ ਐਕਸਕਿਊਜ਼ ਮੀ ਐਕਸਕਿਊਜ਼ ਮੀ ਬਹੁਤ ਦਿਨੋਂ ਸੇ ਆਪਸੇ ਇੱਕ ਬਾਤ ਕਰਨੀ ਸੀ ਬਹੁਤ ਦਿਨੋਂ ਸੇ ਕਰਨੀ ਥੀ ਹਾਂ ਤੋ ਆਜ ਕਿਉਂ ਆਏ ਹੋ ਬਹੁਤ ਦਿਨ ਪਹਿਲੇ ਕਰ ਲੇਤੇ ਕੁਛ ਮਤਲਬ ਕਹਿ ਨਹੀਂ ਪਾ ਰਹਾ ਥਾ ਮੈਂ ਐਕਸਪ੍ਰੈਸ਼ਨ ਕੋ ਮਤਲਬ ਕੈਸੇ ਬੋਲੂੰ ਆਪਕੋ ਤੋ ਕਹੋ ਕਹੋ ਐਕਚੁਅਲੀ ਬਾਤ ਇਹ ਹੈ ਕਿ ਮੈਂ ਆਪਕੋ ਬਹੁਤ ਪਿਆਰ ਕਰਤਾ ਹੂੰ ਠੀਕ ਹੈ ਖੁਦ ਸੇ ਵੀ ਜ਼ਿਆਦਾ ਪਿਆਰ ਕਰਤਾ ਹੂੰ ਆਪਕੇ ਲਈ ਕੁਛ ਵੀ ਕਰ ਸਕਤਾ ਹੂੰ ਕੁਛ ਵੀ ਕਰ ਦੋ ਕੁਛ ਵੀ ਕਰ ਸਕਤਾ ਹੂੰ ਕੁਛ ਵੀ ਕੁਛ ਵੀ ਆਪ ਮੰਗਤੇ ਹੋ
मंगते हो ठीक है हाँ। और मंगते किस स्टाइल में प्रपोज मारना है? देख भाई मैं तेरे को बड़ा प्यार करता हूँ ठीक है, मैं तेरे लिए कुछ भी करने को तैयार हूँ, प्लीज मन जा मन जा मन जा। मान गया भाई, कोई चक्कर नहीं कोई चक्कर नहीं। ताड़ियां मुंडली देखो, सच्ची प्रपोज मारिया सीगा? आहो मारिया सी, फिर गल बनी नहीं? बनी नहीं गल। चल कोई चक्कर नहीं, मनूगी मनूगी। और सत श्री अकाल जी। सत श्री अकाल जी, कितों बिलोंग करते हो जी? मैं अंबाला तो बिलोंग करा। अंबाला तो? अच्छा जे तुहानू प्रिंसिपल बना दिए पहले बना दो सही जी। ओ क्या बात है, नहीं अच्छा बनाओ, सपोज करो बन गया हुण तू, हुण तुसीं ओह सीट दे उत्ते बैठे हो, की चेंजेस लैके आओगे कॉलेज दे विच? एक तो जी पहले ही वही गल जी, गेट खुलवाने हैं जी। गेट खुलवाने हैं ते लेक्चर शॉट, लेक्चर शॉट होने चाहिए कि नहीं होने चाहिए? बहुत लंबे लेक्चर हैं, बहुत लंबे लेक्चर। गाना आंदा अपन? मेरे नाल जिन्नियां पढ़दियां सब चोरी। सुर दिखाया करो यार, तू तो ना आएगा दे। मेरे नाल जिन्नियां पढ़दियां सब रोला पैन तो। सुर दिखाओ यार। मेरे नाल जिन्नियां पढ़दियां सब रोला पैन तो। ओ मेरे नाल जिन्नियां पढ़दियां सब रोला पैन। मैं कंपनी दित्ती होर उच्च। मेरे नाल होर उच्च। चंगा प्रैक्टिस करी करे जाके। ओके ओके ओके, सो आपा चलते जी अगे, इधर आ जाओ, मैं भी खाना जी विचों। बिल्कुल जी बिल्कुल, ਆਹ ਫਾਇਦਾ ਆਉਂਦਾ ਪ੍ਰੋਗਰਾਮ ਦਾ ਹੈ ਕਿ ਨਹੀਂ, ਨਾਲੇ ਅੰਨ ਨਾਲੇ ਫਨ ਹੈ ਜੀ, ਫਨ ਦੇ ਨਾਲ ਅੰਨ। ਹਾਂ ਕੀ ਹਾਲ ਚਾਲ ਜੀ? ਬੜੀਆ ਜੀ, ਬਹੁਤ ਵਧੀਆ। ਪੜ੍ਹਾਉਂਦੇ ਹੋ ਇੱਥੇ ਜੀ? ਅੱਛਾ ਅੱਛਾ ਅੱਛਾ, ਲੱਗਣ ਲੱਗੇ ਇਸਦਾ ਮਤਲਬ? ਹੈ ਜੀ ਲੱਗਣ ਲੱਗੇ ਪੜ੍ਹਾਉਣ ਵਾਲੇ? ਹਾਂ ਲੱਗਣ, ਕਹਿੰਦੇ ਲੱਗਣ ਲੱਗੇ ਪੜ੍ਹਾਉਣ ਵਾਲੇ। ਹਾਂਜੀ ਲੱਗਣ ਲੱਗੇ ਜੀ, ਹੁਣ ਲੱਗਣ ਲੱਗੇ। ਹੈਲੋ ਸਰ ਜੀ। ਹੈਲੋ ਸਰ ਜੀ, ਤੁਸੀਂ ਸਾਰੀ ਹੋ, ਤੁਸੀਂ ਸਮਾਰਟ ਹੋ ਹੈਂ? ਦੇਖੋ ਆ ਜਾ ਦੇਖੋ, ਹੈ ਸਮਾਰਟ ਆ ਰਹੇ ਨੇ ਅਭੀ, ਨਏ ਨਏ ਟੀਚਰ ਲੱਗੇ ਅਭੀ, ਨਹੀਂ ਨਹੀਂ ਸਾਲ ਬੰਦ ਮਿਲੇ ਹਨ ਕੋ। ਸਹੀ ਬਾਤ ਹੈ, ਗਰਲਫ੍ਰੈਂਡ ਹੈ ਸਰ ਤੁਹਾਡੀ? ਨਹੀਂ ਨਹੀਂ ਗਰਲਫ੍ਰੈਂਡ ਨਹੀਂ ਹੈ। ਪਾਜੇ ਨਹੀਂ ਬਤ ਨਹੀਂ ਦੱਸ ਸਕਦੇ ਸਰ ਅਭੀ? ਨਹੀਂ ਨਹੀਂ ਕੋਈ ਗੱਲ ਨਹੀਂ, ਮਜਬੂਰੀ ਹੈ ਸਰ ਕੀ? ਨਹੀਂ ਨਹੀਂ ਕੋਈ ਗੱਲ ਨਹੀਂ, ਨਹੀਂ ਕੋਈ ਚੱਕਰ ਨਹੀਂ, ਕੋਈ ਚੱਕਰ, ਤੁਸੀਂ ਲੰਗਰ ਛਕੋ ਜੀ। ਨਹੀਂ ਥੈਂਕ ਯੂ, ਮੈਂ ਖਾ ਲਿਆ ਕੋਈ ਚੱਕਰ ਨਹੀਂ। ਥੈਂਕ ਯੂ ਸਰ, ਥੈਂਕ ਯੂ ਜੀ, ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ। ਸੋ ਇਹ ਸੀਗੇ ਜੀ ਟੀਚਰ, ਯੰਗ ਐਂਡ ਟੈਲੈਂਟਡ ਟੀਚਰ, ਅਤੇ ਵਧੀਆ ਲੱਗਿਆ ਗੱਲਬਾਤ ਕਰਕੇ, ਅਤੇ ਆਪਾਂ ਹੋਰ ਅੱਗੇ ਚੱਲਦੇ ਹਾਂ ਜੀ। ਕਿੱਦਾਂ ਜੀ? ਸੋ ਮੈਂ ਆ ਗਿਆ ਜੀ ਸੋਹਣੀਆਂ ਸੋਹਣੀਆਂ ਕੁੜੀਆਂ ਦੇ ਕੋਲ, ਆਪਾਂ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ, ਪਰ ਵੇਲਾ ਹੋ ਚੁੱਕੇ ਜੀ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਕਿਹੜੇ ਜਿਹੇ ਬ੍ਰੇਕ ਤੋਂ ਬਾਅਦ। ਹਾਂਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਕੰਟੀਨੀ ਮੰਡੀਰ ਦੇ ਵਿੱਚ, ਅਤੇ ਬਹੁਤ ਗੱਲਾਂ ਬਾਤਾਂ ਹੋ ਰਹੀਆਂ ਜੀ, ਸਵਾਦ ਆ ਰਿਹਾ ਈ ਮੈਕਸ ਗਰੁੱਪ ਆਫ ਇੰਸਟੀਟਿਊਸ਼ਨ ਦੇ ਵਿੱਚ, ਅਤੇ ਕੁੜੀਆਂ ਬੈਠੀਆਂ ਮੇਰੇ ਨਾਲ, ਕਰਦੇ ਹਾਂ ਗੱਲਬਾਤ। ਆਜੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡੀ ਕੀ ਨਾਮ ਹੈ ਜੀ ਆਪਣਾ? ਅਦਿਤੀ। ਅਦਿਤੀ ਹਾਂਜੀ, ਆਹ ਕੀ ਚੀਜ਼ ਹੈ ਜੀ? ਬੜਾ ਗੋਲ ਗੋਲ ਕੀਤਾ ਹੈ, ਇਹ ਕੀ ਚੀਜ਼ ਹੈ ਜੀ? ਕੁਐਸਚਨ ਪੇਪਰ ਹੈ? ਹਾਂਜੀ। ਅੱਜ ਸੀਗਾ ਪੇਪਰ? ਹਾਂਜੀ। ਵਧੀਆ ਹੋਇਆ ਕਿ ਨਹੀਂ? ਬੜੀਆ ਹੋਇਆ। ਉਹ ਆਉਂਦਾ ਤੁਹਾਨੂੰ ਆਪਣਾ ਗੁਲੈਗੁਲਰ ਕੱਢਣਾ? ਹਾਂਜੀ। ਗੁਲੈਗੁਲਰ ਤਾਂ ਹੁੰਦਾ ਹੀ ਨਹੀਂ ਕੁਛ, ਪਾਲਮਪੁਰ ਦੇ ਵਿੱਚ ਚਾਹ ਬੜੀ ਮਸ਼ਹੂਰ ਹੈ ਨਾ? ਹਾਂਜੀ। ਚਾਏ ਕੇ ਪੱਤੇ, ਹਾਂਜੀ, ਤੁਸੀਂ ਵੀ ਉੱਥੋਂ ਦੇ ਹੋ ਜੀ? ਯੈਸ। ਅੱਛਾ, ਚਲੋ ਤੁਹਾਡੇ ਨਾਲ ਵੀ ਪੁੱਛਦੇ ਹਾਂ ਗੱਲਬਾਤ, ਅੱਖਾਂ ਸੋਹਣੀਆਂ ਤੁਹਾਡੀਆਂ। ਥੈਂਕ ਯੂ। ਹਾਂਜੀ ਹਾਂਜੀ ਹਾਂਜੀ, ਅੱਜ ਨੀਂਦ ਤਾਂ ਨਹੀਂ ਆਉਂਦੀ ਤੁਹਾਨੂੰ? ਅੱਛਾ, ਪਾਲਮਪੁਰ ਦੇ ਵਿੱਚ ਚਾਹ ਮਸ਼ਹੂਰ ਹੈ, ਹੋਰ ਕੀ ਕੁਛ ਮਸ਼ਹੂਰ ਹੈ ਪਾਲਮਪੁਰ ਦਾ? ਪਾਲਮਪੁਰ ਦਾ ਖਾਣਾ ਬੜਾ ਮਸ਼ਹੂਰ ਹੈ। ਖਾਣਾ? ਹਾਂਜੀ। ਤੁਸੀਂ ਖਾਂਦੇ ਹੋ? ਲੱਗਦੇ ਨਹੀਂ, ਪਤਲੇ ਜਿਹੇ ਹੋ ਬੜੇ, ਕਿ ਲੱਗਦਾ ਨਹੀਂ? ਪਹਿਲੀ ਵਾਰੀ ਕਿਸਨੇ ਬੋਲਿਆ ਹੈ ਕਿ ਪਤਲੇ ਹੋ? ਅੱਛਾ, ਹੈ ਮੋਟੇ ਹੀ ਹੋ? ਅੱਛਾ ਅੱਛਾ ਅੱਛਾ, ਮੈਂ ਤੁਹਾਡੀ ਟੌਰ ਬਣਾ ਰਿਹਾ ਵੀ ਕੁੜੀ ਪਤਲੀ ਹੈ, ਕੁੜੀ ਕਹਿੰਦੀ ਨਹੀਂ ਮੈਂ ਮੋਟੀ ਹਾਂ। ਚਲੋ ਅੱਗੇ ਗੱਲ ਕਰਦੇ। ਹੈਲੋ ਜੀ। ਹੈਲੋ। ਕੀ ਨਾਮ ਹੈ ਜੀ ਤੁਹਾਡਾ? ਚਾਂਦਨੀ। ਚਾਂਦਨੀ, ਆਹ ਹੈ ਕਿਆ ਨਾਮ ਰੱਖਿਆ ਕਰਦੇ ਨੇ, ਚਾਂਦਨੀ। ਤੁਹਾਡਾ ਬ੍ਰਦਰ ਵੀ ਹੈਗਾ ਕੋਈ? ਨਹੀਂ। ਅੱਛਾ, ਮੈਂ ਸੋਚਿਆ ਉਹਦਾ ਨਾਮ ਚਾਂਦ ਰੱਖਿਆ ਹੋਊਗਾ ਕਿਤੇ, ਵੀ ਚਾਂਦ ਦੀ ਭੈਣ ਚਾਂਦਨੀ। ਤੇ ਇੱਕ ਟੰਗ ਟਵਿਸਟਰ ਹੈ, ਚਿੱਟਾ ਅਟੈਚੀ ਚਿੱਟੇ ਟਿਚ ਬਟਨ। ਚਿੱਟਾ ਅਟੈਚੀ ਚਿੱਟੇ ਟਿਚ ਬਟਨ? ਹਾਂਜੀ। ਚਿੱਟਾ ਅਟੈਚੀ ਚਿੱਟੇ ਟਿਚ ਬਟਨ, ਚਿੱਟਾ ਅਟੈਚੀ ਚਿੱਟੇ ਟਿਚ ਬਟਨ, ਚਿੱਟਾ ਟਿਚ ਬਟਨ। ਸੋ ਕੁੜੀ ਜਿੱਤ ਗਈ ਜੀ, ਕੁੜੀ ਨੂੰ ਆਪਾਂ ਦਿੰਦੇ ਹਾਂ ਜੀ ਇੱਕ ਚੋਕਲੇਟ, ਸੋ ਜ਼ੋਰਦਾਰ ਤਾਣੀ। ਥੈਂਕ ਯੂ ਜੀ, ਥੈਂਕ ਯੂ। ਇਹ ਬਸ ਕੱਲਿਆਂ ਨਹੀਂ ਖਾਣੀ, ਇਹਨਾਂ ਨੂੰ ਨਹੀਂ ਦੇਣੀ। ਹਾਂ, ਇਹ ਜਿੱਤੀ ਨਹੀਂ ਸੀ ਕੁੜੀ, ਦੇਖੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਪ੍ਰੀਵਿਕਾ। ਬਰਥਡੇ ਤੁਹਾਡਾ ਜੀ? ਹੈਪੀ ਬਰਥਡੇ ਜੀ। ਥੈਂਕ ਯੂ। ਕੁੜੀ ਦਾ ਬਰਥਡੇ ਹੈ ਜੀ, ਪਤਾ ਲੱਗਿਆ। ਸੋ ਇਹਨੇ ਹੌਲੀ ਜੀ ਬੋਲਿਆ ਕਿ ਬਰਥਡੇ ਗਿਫਟ, ਸੋ ਬਹੁਤ ਦੁਬਾਰਾ ਦੁਬਾਰਾ ਚੋਕਲੇਟ, ਦੁਬਾਰਾ ਹੈਪੀ ਬਰਥਡੇ। ਥੈਂਕ ਯੂ। ਤੁਸੀਂ ਬਹੁਤ ਲੰਬੀ ਤੁਹਾਡੀ ਉਮਰ ਹੋਵੇ, ਸੋ ਤੁਸੀਂ ਦੇਖੋ ਬਰਥਡੇ ਵਾਲੇ ਦਿਨ ਹੈ ਨਾ ਟੀਵੀ 'ਤੇ ਆ ਕੇ ਦੇਖੋ, ਸੋ ਬਹੁਤ ਬਹੁਤ ਮੁਬਾਰਕਾਂ ਜੀ, ਮੈਂ ਤਾਂ ਹੁਣ ਪਤਾ ਲੱਗਿਆ ਨਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ? ਵਧੀਆ। ਅੱਛਾ, ਕੀ ਸੁਪਨਾ ਕੀ ਸੀਗਾ ਛੋਟੇ ਹੁੰਦੇ ਵੀ? ਸੋਚਿਆ ਸੀਗਾ ਵੀ ਇੰਜੀਨੀਅਰ ਬਣਨਾ? ਨਹੀਂ, ਪਲੱਸ ਟੂ ਮੈਂ ਆ ਕੇ ਸੋਚਿਆ। ਉਸ ਤੋਂ ਪਹਿਲਾਂ ਕੀ ਸੋਚਿਆ ਸੀਗਾ ਵੀ ਕੁਛ ਨਹੀਂ ਬਣਨਾ? ਨਹੀਂ, ਉਸ ਤੋਂ ਪਹਿਲੇ ਮੇਰਾ ਪੈਸ਼ਨ ਡਾਂਸ ਹੈ ਨਾ, ਤਾਂ ਮੈਨੂੰ ਸੋਚਿਆ ਮੈਂ ਡਾਂਸ। ਪੈਸ਼ਨ ਡਾਂਸ ਹੈ ਆਪਕਾ? ਵਾਹ ਜੀ ਵਾਹ। ਇਸ ਤੋਂ ਬਾਅਦ ਬੀਟੈਕ ਤੋਂ ਬਾਅਦ ਅੱਗੇ ਮਾਸਟਰਸ ਕਰਨੀ ਹੈ ਫਿਰ ਡਾਂਸ ਕਰਨਾ? ਬੀਟੈਕ ਕੇ ਬਾਅਦ ਮਾਸਟਰਸ ਨਹੀਂ ਕਰਨੀ, ਪਹਿਲੇ ਡਾਂਸ, ਫਿਰ ਉਸ ਪਹਿਲੇ ਪਹਿਲੇ ਡਾਂਸ ਕਰਨਾ। ਹਾਂਜੀ। ਡਾਂਸ ਐਂ ਕਰੋ, ਬੀਟੈਕ ਤੋਂ ਬਾਅਦ ਕਰਾ ਲਿਓ ਵਿਆਹ, ਵਿਆਹ 'ਚ ਡਾਂਸ ਕਰ ਲਿਓ। ਡਾਂਸ ਹੀ ਕਰਨਾ ਨਾ ਤੁਸੀਂ ਵਿਆਹ 'ਚ ਡਾਂਸ ਕਰੋ, ਨਾਲੇ ਵਿਆਹ ਹੋ ਜੀ ਨਾਲੇ ਡਾਂਸ ਹੋ ਜੀ। ਨਹੀਂ, ਸ਼ਾਦੀ ਨਹੀਂ ਕਰਨੀ ਮੁੰਡੇ ਦੀ। ਸ਼ਾਦੀ ਨਹੀਂ ਕਰਨੀ? ਓ ਕਿਉਂ, ਕੀ ਗੱਲ?
ऐसी ऊही जिम्मेवारी होंदी है ना। हां हेलो जी। हेलो खा भी लिया करो कुछ। खाती हूं। आए हाय डिंपल ओए मैं मर जा कुड़ी दे डिंपल दिखा दिखा दूंगा टीवी। ओए 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 डिंपल ਗੱਲਾਂ ਗੋਰੀਆਂ ਦੇ ਵਿੱਚ ਪਏ ਟੋਏ ਅਸੀਂ ਮਰ ਗਏ। ਓਏ 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 ਕੀ ਨਾਮ ਕੀ ਹੈ ਜੀ? ਸ਼ਬਨਮ। ਸ਼ਬਨਮ ਸ਼ਬਨਮ ਕਿੱਥੋਂ ਬਿਲੋਂਗ ਕਰਦੇ ਹੋ? ਹਿਮਾਚਲ। ਸਾਰੇ ਹਿਮਾਚਲ ਹਿਮਾਚਲ ਗਰੁੱਪ ਬੈਠੇ ਤੇ ਸ਼ਬਨਮ ਹਿਮਾਚਲ ਤੋਂ ਕਿੱਥੋਂ? ਡਿਸਟ੍ਰਿਕਟ ਕਾਂਗੜਾ। ਕਾਂਗੜਾ ਅੱਛਾ ਹੌਲੀ ਹੌਲੀ ਥੱਲੇ ਨੂੰ ਆ ਗਏ ਪੰਜਾਬ ਵੱਲ। ਅੱਛਾ ਮੰਮੀ ਪਿਆਰ ਕਰਦੇ ਜਿਆਦਾ ਕਿ ਪਾਪਾ? ਪਾਪਾ। ਮੰਮੀ ਨਹੀਂ ਕਰਦੇ? ਕਰਦੇ। ਨਹੀਂ ਨਹੀਂ ਕਰਦੇ ਕਰਦੇ ਮੰਮੀ ਦੇਖਦੇ ਟੀਵੀ ਦੇਖਦੇ ਕਰਦੇ ਪਰ ਪਾਪਾ ਜ਼ਿਆਦਾ ਕਰਦੇ ਆ। ਅੱਛਾ ਅੱਛਾ ਤੁਹਾਡੇ ਕੀ ਚਾਹੇ ਹੌਬੀਜ਼ ਕੀ ਹੈ? ਹੌਬੀ ਸਿੰਗਿੰਗ। ਅੱਛਾ ਦੋ ਲਾਈਨ शिमले तिराई चंबा कितनी की दूर है बस। थैंक यू जी। थैंक यू थैंक यू थैंक यू। तो सारे नु हैप्पी न्यू ईयर। आपा चलदे जी अगे कुड़ी नु जन्मदिन दी मुबारक नाले जित गई कुड़ी चॉकलेट। सस्रीकाल जी। सस्रीकाल जी। फेसबुक चल रही थी ना जी? फेसबुक नहीं हाइक हाइक चल रहा है। हाइक हाइक वो मॉडर्न हो गया ना जी? बड़े मॉडर्न हो गया। टीचर भी मॉडर्न हो गए हैं जी। हाइक भी चल रहा है। बहुत वधिया बहुत वधिया। और की नाम की जी अपना? कमलेश। कमलेश कितों बिलोंग करदे हो जी? असि अंबाला तो। अंबाला इत्थे किदा स्टाफ स्टाफ दे विच? हां जी केमिस्ट्री दी टीचर। केमिस्ट्री दी? हां जी। बहुत औखा सब्जेक्ट है जी। बहुत ही औखा। बहुत ज्यादा बहुत ज्यादा। मैं तो फेल हो गया सी गाइस। कोई नहीं फेर गया असि पास करा दंगे तुहानू। चलो ठीक है इदा गाना आउंदा तुहानू? हो ना होए प्यार तेरे दा असर है। हाय हाय सस्रीकाल जी। सस्रीकाल। इहनू खा भी लो जी हुण चुस्सी जांदे इहनू। अच्छा ਕੁੜੀਆਂ ਖਾਂਦੀਆਂ ਨਾ ਫੋਟੋ ਨਹੀਂ ਖਿਚਾਉਂਦੀਆਂ ਜਾਂ ਤੁਸੀਂ ਖਾਓ? ਮੈਂ ਖਿਚਵਾ ਲੈਂਦੇ ਹੋ ਬਸ ਤੁਸੀਂ ਖਾਓ ਅਸੀਂ ਵੀਡੀਓ ਬਣਾਉਣੇ ਆ। ਖਾਓ ਜੀ। ਕੋਈ ਪ੍ਰੋਬਲਮ ਨਹੀਂ ਹੈ। ਹੁਣ ਤੁਸੀਂ ਖਾਓ। ਖਾ ਲਓ ਖਾ ਲਓ। ਅਭੀ ਮੂੰਹ ਮੇਂ ਹੈ ਪਹਿਲੇ। ਅੱਛਾ ਅੱਛਾ ਤੇ ਕੀ ਸ਼ੌਂਕ ਕੀ ਹੈ ਤੁਹਾਡੇ ਹੌਬੀਜ਼? ਮੈਨੂੰ ਬਸ ਸੋਣਾ ਪਸੰਦ ਹੈ। ਸੋਣਾ? ਹੱਥ ਮਿਲਾਓ ਹੱਥ ਮਿਲਾਓ। ਨੀਂਦ ਬਹੁਤ ਪਿਆਰੀ ਚੀਜ਼ ਹੈ। ਹੈ ਉਹ ਬੜੇ ਖੁਸ਼ ਹੋਏ ਥੋੜਾ ਲੱਗਿਆ ਜੀ। ਕਿੱਥੋਂ ਬਿਲੋਂਗ ਕਰਦੇ ਹੋ ਜੀ? ਅੰਬਾਲਾ ਸਿਟੀ। ਅੰਬਾਲਾ ਸਿਟੀ ਕੀ ਨਾਮ ਕੀ ਹੈ ਜੀ? ਪ੍ਰਿੰਕਾ। ਅਜੇ ਝੂਠ ਬੋਲਦੇ ਹੋ? ਕਦੋਂ ਕਦੋਂ ਕਦੋਂ? ਅਜੇ ਝੂਠ ਬੋਲੋ ਅੱਜ। ਅਜੇ ਪੰਜ ਝੂਠ ਬੋਲੋ। ਠੰਡ ਪੈ ਨਹੀਂ ਰਹੀ ਮੈਂ ਬਹੁਤ ਸੋਹਣੀ ਹਾਂ। ਇਹ ਝੂਠ ਹੋ? ਨਹੀਂ ਨਹੀਂ ਬਾਕੀ ਸੋਹਣੇ ਵੀ ਬਾਕੀ ਹੋ। ਇਹ ਤੁਸੀਂ ਸੱਚ ਬੋਲ ਗਏ ਹੋ। ਤੁਸੀਂ ਬੋਲੋ ਮੈਂ ਨਹੀਂ ਸੋਹਣੀ। ਮੈਂ ਬਿਲਕੁਲ ਨਹੀਂ ਸੋਹਣੀ। ਹਾਂ ਅਗਲਾ ਝੂਠ। ਅੱਜ ਮੈਂ ਖਾਣਾ ਬਣਾਇਆ। ਅੱਛਾ ਨਹੀਂ ਅਗਲਾ ਨਹੀਂ ਬਣਾਇਆ। ਅੱਛਾ ਪੇਰੈਂਟਸ ਕੀ ਕਰਦੇ ਆ? ਗੋਲਡਸਮਿਥ ਹੈ। ਹੈ ਗੋਲਡਸਮਿਥ। ਸੁਣ ਯਾਰ ਇਹ ਤੁਸੀਂ ਉਹ ਬੱਲੇ ਬੱਲੇ ਕੋਲ ਦੇ ਹੋਏ ਬੱਠੀ ਛਾਪਾਂ ਛੱਲੇ ਹੈ ਗਾਨੀਆਂ। ਯੈਸ ਯੈਸ। ਠੀਕ ਹੈ ਠੀਕ ਹੈ ਠੀਕ ਹੈ ਜੀ। ਉਹ ਠੀਕ ਠਾਕ ਜੀ? ਪੈਰ ਪੂਰ ਘੁੱਟਦੇ ਤੁਹਾਡੇ? ਨਹੀਂ ਨਹੀਂ ਬਸ। ਉਹ ਠੀਕ ਦੋ ਹੱਥਾਂ ਨਵਾਈ ਹੋਣਾ ਜੀ। ਹੋਰ ਵਧੀਆ ਜੀ। ਤੇਰੇ ਘਰ ਆਇਆ ਸਾਡੇ ਘਰ ਆਇਆ ਜੀ। ਉਹ ਨਾ ਰਿਸ਼ਤੇ ਵਿਆਹ ਜਾਂ ਰਿਸ਼ਤੇਦਾਰਾਂ ਦਾ ਰੱਖਿਆ ਜੀ ਆਪਾਂ। ਕੋਈ ਸਸਤਾ ਹੋ ਜੂਗਾ ਸੋਨਾ ਸਾਨੂੰ ਮਾੜਾ ਮੋਟਾ? ਆ ਜਾਓ। ਚਲੋ ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਜੀ? ਵਧੀਆ ਆਪਣੇ ਸੁਣਾਓ। ਅੱਛਾ ਜਦੋਂ ਮੈਂ ਇੱਧਰੋਂ ਜਾ ਰਿਹਾ ਸੀ ਉੱਧਰ ਨੂੰ ਜਾ ਰਿਹਾ ਸੀ ਤੁਸੀਂ ਮੈਨੂੰ ਇੱਦਾਂ ਕਹਿ ਰਹੇ ਸੀ ਨਾ ਵੀ ਇਹ ਸਾਡੇ ਕੋਲ ਆਊਗਾ ਹਨਾ? ਮੈਂ ਮਾਈਕ ਫੜੋ ਤੁਸੀਂ ਤੁਸੀਂ ਮੈਨੂੰ ਗੁੱਸੇ ਹੋਣਾ ਮਾਈਕ ਦੇ ਵਿੱਚ ਠੀਕ ਹੈ? ਜੀ ਅਵਨੀਤ ਆਪਕੀ ਅਸਾਈਨਮੈਂਟ ਕਹਾਂ ਹੈ? ਅਸਾਈਨਮੈਂਟ ਮੈਮ ਮੈਂ ਦੇ ਦਿੱਤੀ ਕੱਲ ਦਿੱਤੀ ਉਹ ਰਹਿ ਗਿਆ ਮੇਰੇ ਪਾਸ ਤੋਂ ਨਹੀਂ ਪਹੁੰਚੀ ਕਿਸ ਕੋ ਦੀ ਆਪਨੇ? ਨਹੀਂ ਨਹੀਂ ਮੈਂ ਬਿਮਾਰ ਸੀ ਅੱਜ ਕੱਲ੍ਹ। ਹਾਂਜੀ ਅਸਾਈਨਮੈਂਟ ਤਾਂ ਟਾਈਮ 'ਤੇ ਹੋਣੀ ਚਾਹੀਏ ਆਪਕੋ ਵਨ ਵੀਕ ਪਹਿਲੇ ਇਨਫੋਰਮ ਕੀਆ ਹੋ ਤਾਂ ਕੋਈ ਸ਼ੋਰਟ ਟਰਮ ਨੋਟਿਸ ਨਹੀਂ ਹੈ ਆਪਕੇ ਲੀਏ? ਹਾਂਜੀ ਕੋਈ ਸ਼ੋਰਟ ਟਰਮ ਨੋਟਿਸ ਨਹੀਂ ਆਪਕੋ ਵਨ ਵੀਕ ਪਹਿਲੇ ਇਨਫੋਰਮੇਸ਼ਨ ਹੋਤੀ ਹੈ ਆਪਕੋ ਅਸਾਈਨਮੈਂਟ ਕਬ ਸਬਮਿਟ ਕਰਵਾਨੀ ਹੈ ਕਬ ਨਹੀਂ ਹੈ? ਖਾਸਾ ਬੋਲ ਲੈਂਦੇ ਤੁਸੀਂ ਜੀ ਇੱਕੋ ਸਾਹ 'ਚ ਲੈ ਗਏ ਕੰਮ ਵੀ ਆਪਕੀ ਸ਼ੋਰਟ ਅਟੈਂਡੈਂਸ ਤੁਸੀਂ ਤੁਸੀਂ ਗੁੱਸਾ ਕਰ ਲੈਂਦੇ ਹੋ ਔਰ ਕਿਆ ਬਤੇਰਾ ਕਰਿਓ ਮੜਾ ਜਾ ਕਿਵੇਂ ਕਰਾਂ ਗੁੱਸਾ ਕਰਕੇ ਦਿਖਾ ਮੇਰੀ ਕਲਾਸ ਤੋਂ ਬਾਹਰ ਹੋ ਜਾ ਮੇਰੀ ਕਲਾਸ ਤੋਂ ਬਾਹਰ ਹੋ ਜਾ ਐਵੇਂ ਗੁੱਸਾ ਕਰੀਦਾ ਹੁੰਦਾ ਬੱਚਾ ਡਰ ਜਾਂਦਾ ਓਏ ਮੈਡਮ ਤਾਂ ਬੜੀ ਗੁੱਸੇ ਆੜੀ ਹੈ ਦੂਰੋਂ ਕਹਿੰਦਾ ਨਮਸਤੇ ਜੀ ਮੈਡਮ ਵਿਆਹ ਹੋ ਗਿਆ ਤੁਹਾਡਾ ਹੋਰ ਕੀ 6 ਸਾਲ ਹੋ ਗਏ ਵਿਆਹ ਨੂੰ ਪੂਰਾ ਗਾਹ ਪਾਇਆ ਹੋਣਾ ਘਰੇ ਬਹੁਤ ਪੂਰੀ ਚੱਲਦੀ ਤੁਹਾਡੀ ਪੂਰੀ ਚੱਲਦੀ ਹੈ ਪੂਰੀ ਪੂਰੀ ਸੱਸ ਨਾਲ ਪੂਰਾ ਸੱਸ ਨਾਲ ਵੀ ਪੂਰੀ ਚੱਲਦੀ ਆ ਸੱਸ ਜੀ ਜੀ ਕਰਦੀ ਹੈ ਹਾਂਜੀ ਜੀ ਕਰੀ ਦੀ ਤੁਸੀਂ ਵੀ ਜੀ ਕਰਦੇ ਹੋ ਵੀ ਜੀ ਕਰਦੇ ਹੋ ਵੀ ਜੀ ਕਰਦੇ ਆ ਜੇ ਉਹ ਮੜਿਆ ਸੀ ਕਰਦੇ ਫੇਰ ਤਾਂ ਫੇਰ ਸੀ 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 ਹੋ ਜਾਂਦੇ ਆ ਚਲੋ ਠੀਕ ਹੈ ਥੈਂਕ ਯੂ ਜੀ ਵਧੀਆ ਲੱਗਿਆ ਗੱਲ ਕਰਕੇ ਥੈਂਕ ਯੂ ਜੀ ਪ੍ਰਿਯੰਕਾ ਜੀ ਪ੍ਰਿਯੰਕਾ 1 ਪ੍ਰਿਯੰਕਾ 2 ਸੋ ਬਹੁਤ ਵਧੀਆ ਲੱਗੇ ਗੱਲ ਕਰਕੇ ਸੋ ਇੱਥੇ ਮੇਰੇ ਪਿੱਛੇ ਹੁਣ ਸੋਹਣੇ ਸੋਹਣੇ ਮੁੰਡੇ ਤੇ ਗੱਭਰੂ ਜਵਾਨ ਤੇ ਸੋਹਣੀਆਂ ਸੋਹਣੀਆਂ ਕੁੜੀਆਂ ਇਹ ਖੜੀਆਂ ਨੇ ਜੀ ਆਪਾਂ ਹਨਾ ਜੀ ਫਨ ਜਿਹਾ ਪਾਉਂਦੇ ਆ ਗੱਲਾਂ ਬਾਤਾਂ ਕਰਦੇ ਆ ਦੇਖਦੇ ਆ ਹਨਾ ਗਾਣੇ ਗੁਣੇ ਸੁਣਦੇ ਆ ਮਸਤੀ ਕਰਦੇ ਆ ਇੱਧਰ ਇੱਧਰ ਬਹੁਤ ਲੰਬਾ ਕਰਦੇ ਜੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ 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 ਸਤਿ ਸ਼੍ਰੀ ਅਕਾਲ ਜੀ ਕਿੱਥੋਂ ਜੀ ਜੰਮੂ ਜੰਮੂ ਸੇ
ਤੁਸੀਂ ਬਾਸਕਟਬਾਲ ਖੇਡਦੇ ਹੋ? ਇੰਨਾ ਕੱਦ ਹੋ ਗਿਆ ਕੁੜੀਆਂ ਦਾ ਸ਼ਾਇਦ। ਤੇ ਸ਼ੌਂਕ ਕਾ ਹੋਬੀਜ਼ ਕੀ ਤੁਹਾਡਾ? ਡਾਂਸਿੰਗ, ਸਿੰਗਿੰਗ, ਸਿੰਗਿੰਗ ਹੋਰ ਗਾਰਡਨਿੰਗ। ਤੁਸੀਂ ਕਿਹਾ ਵੀ ਡਾਂਸਿੰਗ ਹਨਾ, ਮੈਂ ਤਾਂ ਮੈਨੂੰ ਕਹਿੰਦਾ ਨੱਚ ਕੇ ਦਿਖਾਓਗੇ ਥੋੜ੍ਹਾ ਜਿਹਾ, ਮੈਂ ਨਾਲ ਨੱਚਦਾ, ਤੁਸੀਂ ਮੈਨੂੰ ਸਟੈਪ ਦੱਸਣਾ ਕੋਈ। ਆਪ ਬਤਾ ਦਿਓ। ਚਲੋ ਫਿਰ ਕਰੋਗੇ ਤੁਸੀਂ? ਹਾਂ, ਦੋ ਤਿੰਨ ਲੜਕੀਆਂ ਆਪਕੋ ਜੁਆਇਨ ਕਰ ਲੇਂਗੇ। ਤੁਸੀਂ ਵੀ ਕਰੋਗੇ? ਹਾਂ। ਹੋਬੀ ਤਾਂ ਤੁਹਾਡੀ ਹੈ। ਤਾਂ ਆਪ ਵੀ ਸਿਖਾ ਦਿਓ ਨਾ। ਹਾਂ ਮੈਂ ਸਿਖਾ ਦਿੰਦਾ, ਫੜੋ ਮਾਈਕ। ਹੋਰ ਕਿਹੜੀ ਕੁੜੀ ਲੈ ਕੇ ਆਈਏ ਦੱਸੋ ਆਪਾਂ? ਦੀ ਉਹ ਤੂੰ ਤਾਂ ਆਖਿਆ ਭੁੱਲ ਗਿਆ ਹੋਣਾ, ਤੂੰ ਤੇ ਆਖਿਆ ਭੁੱਲ ਗਿਆ ਹੋਣਾ, ਹੋਰ ਕਿਸੇ ਤੇ ਡੁੱਲ ਆਏ। ਹਾਏ ਸੋਹਣਾ ਨੱਚਦੀ ਹੈ। ਕੀ ਹਾਲ ਚਾਲ ਹੈ ਜੀ? ਬੜੀਆ। ਲਾਲ ਲਾਲ ਬੂਟ ਹੈ ਜੀ। ਤੇ ਕਿੱਥੋਂ ਬਿਲੋਂਗ ਕਰਦੇ ਹੋ? ਹਿਮਾਚਲ ਸੇ। ਹਿਮਾਚਲ ਕਿੱਥੋਂ? ਚੰਬਾ। ਚੰਬਾ, ਹਿਮਾਚਲ ਬਹੁਤ ਭਰਿਆ ਹੋਇਆ ਹਨਾ ਇੱਥੇ? ਹਾਂਜੀ ਹਨਾ। ਤੇ ਅੱਛਾ, ਬੈਸਟ ਫਰੈਂਡ ਕਿਹੜਾ? ਬੈਸਟ ਫਰੈਂਡ ਕੋਈ ਵੀ ਨਹੀਂ ਹੈ ਨੀ, ਕਿਤਾਬ ਦੇ ਹੈ ਅਭੀ ਤਾਂ, ਇੰਜੀਨੀਅਰਿੰਗ ਹੈ ਨਾ, ਇਸ ਲਈ ਬੁੱਕਸ। ਓ ਬੁੱਕਸ ਐਂਡ ਬੁੱਕਸ ਐਂਡ ਆਲ ਦੈਟ ਬੁੱਕਸ। ਓ ਕਿਉਂਕਿ ਵਿਆਹ ਕਿਤਨਾ ਕਰਾਉਣਾ? ਬੁੱਕਸ ਨਾਲ ਕਿਤਾਬਾਂ ਕਿਤੋਂ ਵੀ ਵਿਆਹ ਲਿਓ? ਇੱਕ ਕੈਮਿਸਟਰੀ ਦੀ ਕਿਤਾਬ ਵਿਆਹ ਲਈ, ਫਿਜ਼ਿਕਸ ਦੀ ਕਿਤਾਬ ਵਿਆਹ ਲਈ, ਹੈਗੀ ਨੀ? ਉਹ ਵਧੀਆ ਹਨਾ। ਹਾਂ ਅੱਛਾ, ਤੁਹਾਡਾ ਮੈਥ ਨਾਲ? ਅੱਛਾ, ਪੇਰੈਂਟਸ ਕੀ ਕਰਦੇ ਆ? ਪੇਰੈਂਟਸ ਮੇਰੇ ਬਿਜ਼ਨਸਮੈਨ ਹੈ, ਪਾਪਾ ਜੋ, ਔਰ ਮਦਰ ਹਾਊਸ ਵਾਈਫ ਹੈ। ਮਦਰ ਹਾਊਸ ਕਾਹਦਾ ਬਿਜ਼ਨਸ ਕਰਾ ਤੁਹਾਡਾ? ਹਾਰਡਵੇਅਰਸ ਕਾ। ਇਹ ਕਾਹਦਾ? ਇਹ ਹਾਰਡ ਹਾਰਡਵੇਅਰ। ਇਹ ਕਾਹਦਾ ਬਿਜ਼ਨਸ? ਕੰਪਿਊਟਰ ਦਾ? ਨਹੀਂ ਨਹੀਂ, ਦੂਸਰਾ ਜੋ ਮਾਰਬਲ ਟਾਈਪਸ। ਅੱਛਾ, ਉਹ ਟਾਈਲਾਂ ਟੂਈਲਾਂ? ਓਏ ਹੋਏ, ਬੜਾ ਅਮੀਰ ਹੋ ਤੁਸੀਂ। ਉਹ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਅਮੀਰ ਹੋ। ਓਏ ਹੋਏ, ਕਿੰਨਾ ਘਰੇ ਤਾਂ ਵਧੀਆ ਲਾਇਆ ਹੁਣ ਤੁਸੀਂ ਟਾਈਲਾਂ ਟੂਈਲਾਂ? ਘਰੇ ਕਿਹੜੀ ਮਾਰਬਲ ਲਾਈ ਹੈ, ਕਿਹੜੀ ਟਾਈਲ ਲਾਈ ਹੈ? ਜੇ ਜਿੱਦਾਂ ਹੁਣ ਮੈਂ ਘਰ ਬਣਾਉਣਾ ਸਪੋਜ਼ ਕਰੋ, ਤੇ ਮੈਂ ਆਪਣੇ ਚੂਜ਼ ਕਰਨੀ ਹੈ ਕਿ ਕੋਈ ਟਾਈਲ ਲਗਾਉਣੀ ਹੈ, ਤਾਂ ਕਿਹੜੀ ਵਧੀਆ ਹੁੰਦੀ ਟਾਈਲ? ਇਹ ਮੈਂ ਪਾਪਾ ਕੋ ਕੰਟੈਕਟ ਨੰਬਰ ਦੇ ਦੂੰਗੀ, ਆਪ ਉਨਸੇ ਬਾਤ ਕਰ ਲੀਜੀਏਗਾ। ਮੈਂ ਕੀ ਕਹਾਂ? ਬੋਲਾਂ ਕਿ ਸ਼ੀਤਲ ਸੇ ਕੰਟੈਕਟ ਹੁਆ ਥਾ, ਤੋ ਆਪਕੋ ਬਤਾ ਦੇਂਗੇ। ਕੁੱਟਣ ਨਾ ਮੈਨੂੰ, ਤੇਰੇ ਖੜ ਜਾ ਤੇ। ਪਰ ਮੈਂ ਉਨਕੋ ਸਮਝਾ ਦੂੰਗੀ। ਹਾਂ, ਸਮਝਾ ਦਿਓ ਪੂਰਾ ਪਹਿਲਾਂ। ਬਿਲਕੁਲ, ਆਫ ਕੋਰਸ। ਠੀਕ ਹੈ, ਠੀਕ ਹੈ। ਕੀ ਹਾਲ ਚਾਲ ਹੈ ਜੀ? ਓਹ ਫੋਨ ਆ ਫੋਨ, ਓ ਐਡੀ ਵੱਡੀ ਚਾਦਰ ਲਈ ਨਾਲ ਹੀ, ਫੋਨ ਕਿਤੋਂ ਨਿਕਲੂਗਾ? ਕੀ ਹਾਲ ਚਾਲ ਜੀ? ਬੜੀਆ। ਕਹਾਂ ਸੇ ਹੋ? ਕਸ਼ਮੀਰ ਸੇ। ਕਸ਼ਮੀਰ ਸੇ, ਇਹ ਬੜਾ ਜ਼ਿਆਦਾ ਸੁਰਮਾ ਡਾਲਾ ਆਪਣੇ ਆਜ ਹੈਂਜੀ। ਐਕਚੁਅਲੀ ਟ੍ਰੈਡੀਸ਼ਨ ਹੈ ਨਾ, ਕਸ਼ਮੀਰ ਮੈਂ ਡਾਲਤੇ ਹੈ ਸੁਰਮਾ। ਓਕੇ, ਬਹੁਤ ਅੱਛਾ। ਅੱਛਾ, ਕਸ਼ਮੀਰ ਔਰ ਪੰਜਾਬ ਮੇਂ ਕਿਆ ਅੰਤਰ, ਕਿਆ ਡਿਫਰੈਂਸ, ਕਿਆ ਜ਼ਿਆਦਾ? ਕਸ਼ਮੀਰ ਮੈਂ ਨੈਚੁਰਲ ਬਿਊਟੀ ਕਾਫੀ ਜ਼ਿਆਦਾ ਹੈ। ਸਾਡੇ ਤੇ ਹੈ ਹੀ ਨਹੀਂ। ਆ ਦੇਖੋ, ਇੰਨਾ ਘਾਹ ਲਾਇਆ ਹੈ, ਇੰਨੀ ਧੁੰਦ ਹੈ, ਦੇਖੋ ਨੈਚੁਰਲ ਹੈ। ਅਭੀ ਆ ਪੰਜਾਬ ਮੈਂ ਥੋੜੀ, ਹਰਿਆਣਾ ਮੈਂ। ਹਾਂ, ਹਰਿਆਣਾ ਮੈਂ, ਹਰਿਆਣਾ ਜੀ ਮੈਂ ਕਹਿ ਰਿਹਾ, ਹਰਿਆਣਾ ਜੀ ਬਹੁਤ ਨੈਚੁਰਲ ਬਿਊਟੀ ਹੈ। ਨਹੀਂ, ਕਸ਼ਮੀਰ ਮੈਂ ਕਾਫੀ ਜ਼ਿਆਦਾ ਹਿਲਸ ਹੈ, ਮਾਊਂਟੇਨਸ ਹੈ, ਕਾਫੀ ਜ਼ਿਆਦਾ ਵਾਟਰ ਹੈ, ਰਿਵਰਸ ਹੈ, ਯਹਾਂ ਪੇ ਇਤਨਾ ਜ਼ਿਆਦਾ ਵੋ ਨਹੀਂ ਹੈ। ਵਾਟਰ ਤਾਂ ਇੱਥੇ ਬਹੁਤ ਹੈ, ਟੂਟੀ ਖੋਲੋ ਵਾਟਰ ਹੀ ਵਾਟਰ ਹੋ ਜਾਂਦਾ। ਕਸ਼ਮੀਰ ਮੈਂ ਹਿੱਲੀ ਜ਼ਿਆਦਾ ਹੈ ਨਾ। ਹਿੱਲੀ? ਹਾਂ, ਹਿੱਲੀ ਕੇ ਹਿੱਲ, ਹਿੱਲੀ ਏਰੀਆਜ਼ ਹੈ ਕਾਫੀ। ਮੈਂ ਸੋਚਦਾ ਵੀ ਕਸ਼ਮੀਰ ਹਿੱਲੀਆਂ ਜਾ ਵੀ ਹਿੱਲੀ। ਤੇ ਜੀਤ ਆਉਂਦਾ ਤੁਹਾਨੂੰ ਕਸ਼ਮੀਰ ਦਾ? ਕੋਈ ਨੂੰ ਸਾਥ ਆਏਗੇ ਮੇਰੇ? ਸਾਥ, ਸਾਥ ਕੌਣ? ਇਹ ਆਏਗੇ ਕਸ਼ਮੀਰੀ? ਹਾਂਜੀ, ਕਸ਼ਮੀਰੀ ਜੀ ਸਾਥ ਆ ਜਾਓ। ਬਹੁਤ ਅੱਛਾ, ਦੋਵੇਂ ਭੈਣਾਂ ਇਕੱਠੀਆਂ ਹੋ ਗਈਆਂ ਕਸ਼ਮੀਰ ਵਾਲੀਆਂ। ਹੋਰ ਵੀ ਕਸ਼ਮੀਰੀਆਂ ਕੋਲ ਆ ਜਾਓ। ਹਾਂਜੀ ਹਾਂਜੀ, ਇਹ ਤਾਂ ਫੇਰ ਆ ਗਏ, ਇਹਨਾਂ ਨੇ ਘਰ ਦੇ ਪ੍ਰੋਗਰਾਮ ਸਮਝਿਆ ਵੀ ਜਦੋਂ ਮਰਜ਼ੀ ਆ ਜਾਓ, ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ। ਕੋਈ ਕਸ਼ਮੀਰੀ ਦਾ ਬਹੁਤ ਵਧੀਆ ਇਹੋ ਜਿਹਾ ਗਾਣਾ ਹੋਵੇ ਵੀ ਦਿਲ ਕਰੇ ਵੀ ਮੈਂ ਨੱਚਾਂ। ਆਪਕੋ ਸਮਝ ਨਹੀਂ ਆਉਣਾ? ਮੈਂ ਨੱਚੂਗਾ, ਮੈਂ ਤਾਂ ਉਹੀ ਨੱਚ ਲੈਂਦਾ, ਮੈਂ ਜਨਰੇਟਰ ਤੇ ਨੱਚ ਲੈਂਦਾ। ਰੋਸ਼ ਵਾਲਾ ਮਿਆਨ ਦਿਲ ਬਰੋ, ਮਨ ਬਹਾਰਾ ਯੂਰ ਵਲੋ, ਰੋਸ਼ ਵਾਲਾ ਮਿਆਨ ਦਿਲ ਬਰੋ। ਮਤਲਬ ਕੀ ਗਾਣੇ ਦਾ? ਲਵਰਸ ਇੱਕ ਦੂਸਰੇ ਕੋ ਬੋਲ ਰਹੇ ਹੈ, ਲਵਰਸ ਹਾਂਜੀ ਹਾਂਜੀ ਹਾਂਜੀ, ਓਹ ਇੱਕ ਦੂਸਰੇ ਕੋ ਬੋਲ ਰਹੇ ਹੈ ਕਿ ਮਤਲਬ ਦੂਰ ਨਾ ਜਾਓ, ਦੂਰ ਨਾ ਜਾਓ, ਵੀ ਇਕੱਠੇ ਰਹੋ, ਪਿਆਰ ਬਹੁਤ ਕਰਤੇ ਹੈ, ਉਹ ਰੋਣਾ ਧੋਣੀ, ਉਹੀ ਰੋਣਾ ਧੋਣਾ ਪੰਜਾਬ ਵਾਲਾ ਜੀ। ਸਮਝ, ਹੁਣ ਮੈਂ ਗਾਣਾ ਪੂਰਾ ਸਮਝ ਗਿਆ ਵੀ ਕਦੇ ਨਾ ਛੱਡੀ, ਹਣਗੇ ਨਹੀਂ ਇਕੱਠੇ ਰਹਾਂਗੇ। ਬਿਲਕੁਲ ਬਿਲਕੁਲ, ਆ ਰੂਟ ਕਿਉਂ ਗਏ ਹੋ ਵੀ ਮੇਰੇ ਮੱਥੇ ਲੱਗ, ਉਹੀ ਹੈ ਬਸ, ਉਹੀ ਹੈ ਵੀ ਨਹੀਂ। ਬਿਲਕੁਲ, ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਨੋਸ਼ੀਬਾ ਹੈ। ਨੋਸ਼ੀਬਾ ਜੀ। ਅੱਛਾ, ਇਹ ਫੈਸ਼ਨ ਹੈ ਵੀ ਜਿਹੜੇ ਰੰਗ ਦੀ ਟੋਪੀ ਉਸੇ ਰੰਗ ਦਾ ਮਫਲਰ ਹੋਣਾ ਚਾਹੀਦਾ? ਨਹੀਂ, ਇਹ ਕੋਂਬੋ ਮੈਂ ਮਿਲਾ। ਕੋਂਬੋ ਚ ਮਿਲਿਆ, ਕੋਂਬੋ ਪਲਾਨ ਜੀ। ਓਕੇ ਓਕੇ ਓਕੇ। ਅੱਛਾ, ਇੱਕ ਟੰਗ ਟਵਿਸਟਰ ਹੈ, ਚਿੱਟਾ ਅਟੈਚੀ ਚਿੱਟੇ ਟਿਚ ਬਟਨ। ਚਿੱਟਾ ਅਟੈਚੀ ਚਿੱਟੇ ਟਿਚ ਬਟਨ, ਬਾਬਾ ਬਾਬਾ ਬਣ ਗਈ ਗੱਲ। ਚਿੱਟਾ ਅਟੈਚੀ ਚਿੱਟੇ ਟਿਚ ਬਟਨ, ਬਸ ਚਿੱਟਾ ਅਟੈਚੀ ਚਿੱਟੇ ਟਿਚ ਬਟਨ, ਚਿੱਟਾ ਅਟੈਚੀ ਚਿੱਟੇ ਟਿਚ ਬਟਨ, ਚਿੱਟਾ ਅਟੈਚੀ ਚਿੱਟੇ ਟਿਚ ਬਟਨ। ਤਾੜੀਆਂ ਜੀ, ਤਾੜੀਆਂ, ਤਾੜੀਆਂ, ਤਾੜੀਆਂ। ਆਲੋ ਜੀ, ਸਾਡੇ ਵੱਲੋਂ ਗਿਫਟ ਚਾਕਲੇਟ ਦਾ। ਥੈਂਕ ਯੂ। ਪਰ ਹੁਣ ਕਹਿੰਦੇ ਲੱਗੀ ਰਹਿਣਗੀਆਂ ਜੀ, ਵਿਹਲਾ ਹੋ ਚੁੱਕਿਆ, ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਜੀ ਕੰਟੀਨਿਊ ਮੰਡੀਰ ਦੇ ਵਿੱਚ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸੋ ਸਵਾਗਤ ਹੈ ਜੀ ਕੰਟੀਨੀ ਮੰਡੀਰ ਦੇ ਵਿੱਚ ਇੱਕ ਵਾਰੀ ਫਿਰ, ਜਿਹਨਾਂ ਨੂੰ ਹੁਣ ਤੱਕ ਨਹੀਂ ਪਤਾ ਲੱਗਿਆ, ਜਿਹੜੇ ਹੁਣੇ ਹੁਣੇ ਆ ਕੇ ਟੀ ਵੀ ਸੈੱਟ ਦੇ ਮੂਹਰੇ ਬੈਠੇ ਨੇ, ਵੀ ਦੱਸਦੀ ਅਸੀਂ ਫਿਰਦੇ ਹਾਂ ਜੀ ਈ ਮੈਕਸ ਗਰੁੱਪ ਆਫ ਇੰਸਟੀਟਿਊਸ਼ਨ ਜਿਹੜਾ ਕਿ ਅੰਬਾਲੇ ਦੇ ਵਿੱਚ ਪੈਂਦਾ, ਬਹੁਤ ਸ਼ਾਨਦਾਰ ਕੈਂਪਸ ਹੈ, ਅਤੇ ਇਹ ਜ਼ਰੂਰੀ ਹੁੰਦਾ ਹੈ ਕਿ ਜਿਹੜੇ ਕੈਂਪਸ ਦੇ ਵਿੱਚ ਅਸੀਂ ਆਏ ਹਾਂ ਉਸ ਕੈਂਪਸ ਦਾ ਥੋੜ੍ਹਾ ਸਾਨੂੰ ਪਤਾ ਲੱਗੇ ਹੈ ਨਾ ਕਦੋਂ ਬਣਿਆ ਉਸ ਕੈਂਪਸ ਬਾਰੇ। ਅਤੇ ਚੇਅਰਮੈਨ ਸਾਹਿਬ ਅਗਰਵਾਲ ਸਾਹਿਬ ਸਾਡੇ ਨਾਲ
नमस्ते भाई जी। नमस्ते जी, नमस्ते जी। सर कॉलेज के बारे थोड़ा दसो, कॉलेज के बारे में बताओ। ईमैक्स कॉलेज जो है ये 2008 से यहाँ स्टार्ट हुआ था जी। पहले साल के अंदर हमारे यहाँ बीटेक चालू हो गया था, एमबीए एमसीए जी। नेक्स्ट ईयर उसके बाद एक बीटेक और चालू किया हमने जी। और साथ में पॉलिटेक्निक है, बीबीए है, बीसीए है, एमसीए है, बीएड है और एमटेक है। इसके जो रिजल्ट्स है यूनिवर्सिटी में, हमारे अबव जो 20 बच्चे यूनिवर्सिटी के होते हैं उनमें से 5-4 बच्चे हमारे कैंपस के होते हैं। और आज ज़रूरत है प्रोफेशनल कॉलेज की, और उसके साथ करेक्टर का होना बहुत ज़रूरी है। ओनली करेक्टर कैन मेक्स ए मैन परफेक्ट। थैंक यू सर, थैंक यू सर। सो चेयरमैन साहब ने साढ़े नाल गल्लां कीतियां जी, इस करैक्टर उत्ते गल कीती, बहुत वधिया मैसेज सीगा सर दा, ते सीरियस गल्लां हो गईआं, चंगी गल हो गई। हुण आपां थोड़ियां नकम्मियां गल्लां करिए। आ जाओ आ जाओ आ जाओ। की हाल चाल है जी? सर बढ़िया। अच्छा, सोच के बड़ा दस्सिया है, बढ़िया ही है ना? सर बढ़िया, चंगे। ठीक है, चंगे चंगे। अच्छा अच्छा, कहाँ से हो? सर हिमाचल। हिमाचल, अच्छा भाई आपका नाम क्या? जय। जय जय है सदा ही भाई जय। ठीक है, अपना कितों बिलोंग करते हो? जम्मू तो। तुसी जम्मू तो? ठीक है, पहले आप हिमाचल वाले भाई साहब गल कर लिए, फिर हौली हौली उपरों जावे, है ना? कितों बिलोंग करते हो? शिमला। शिमला तो इतने की फर्क है? शिमला वधिया सीगा कि आ वधिया? इतने वधिया दोनों ही है, शिमला भी है, ये भी है। ये उधर जन्मभूमि एक कर्मभूमि है। तेरी जन्मभूमि कर्मभूमि कर्मभूमि आवे कर रहे तो फिर अच्छा है। कोई भूमि लभी कोई कि नहीं है? नहीं अभी तक कोई नहीं है। सिंगल। अच्छा अच्छा, तेन पता लग गया मैं कड़ी भूमि की गल कर? हाँ जी। ठीक है, अच्छा गाना आता भूमि माहे नी मेरी शिमले दी राहे चंबा कितनी की दूर माहे नी मेरी शिमले दी राहे चंबा कितनी की दूर ओ शिमले नी वसना कसौली नी वसना ओ शिमले नी वसना कसौली नी वसना चंबे जाना जरूर है चंबे जाना जरूर। थैंक यू। बहुत अच्छे, बहुत बढ़िया गाया तुसी, बहुत बढ़िया, बहुत बढ़िया आवाज। सो हुण आ है माई प्लेजर, अंग्रेजी भी आती है। सो हुण भाई नाल गल करिए। होर जी? बस जी बढ़िया। की हाल चाल है? बढ़िया जी। अच्छा अपने अपने की हॉबीज की शौक की है? शौक जी बस टाइम पास, कंटीन च फ्रेंड्स नाल कंटीन पास हो गए। बहुत अच्छा, बहुत अच्छा। इन्नी दूरों आए हो टाइम पास करना है? कॉलेज लाइफ से टाइम पास ही करेंगे, फिर कदों करेंगे? बिल्कुल बिल्कुल, नाले घर दे पैसे भरे है, फीसा आ रही है, कपड़े ओ टाइम पास करना है, वो टाइम पास करना है, बहुत चलना है साथ साथ। तुम ज्यादा दूर नहीं आके टाइम पास करना? आहो जे तुहानू प्रिंसिपल बना दिता जाए इत्थों ते जम्मू तो जय सिंह जी प्रिंसिपल होण जी, एडे बड़े कॉलेज दे जी, जय सिंह की करेंगे फिर? ਬੱਚਾ ਦੇ ਪ੍ਰੋਬਲਮ ਸਮਝਾਏ। ਅੱਛਾ, ਕਿਆ ਪ੍ਰੋਬਲਮ ਹੈ, ਕਿਆ ਹੈ, ਜੋ ਵੀ। ਬੱਚੇ ਕਹਿਣਗੇ ਜੀ ਅਸੀਂ ਬੰਕ ਲਾਉਣਾ। ਬੰਕ ਇੱਕ ਆਧੀ ਵਾਰੀ ਕਰ ਵੀ ਦੇਗੇ, ਕੋਈ ਚੱਕਰ ਨਹੀਂ। ਤੇ ਜੇ ਬੱਚੇ ਕਹਿਣਾ ਸੀ ਜੇ ਇਹਨੂੰ ਕੁੱਟਣਾ? ਕੁੱਟ ਲਿਓ, ਉਹ ਵੀ ਕੋਈ ਚੱਕਰ ਨਹੀਂ। ਪ੍ਰਿੰਸੀਪਲ ਫਿਰ ਕਿਉਂ ਆ ਕੁੱਟ ਖਾਣ ਦਾ? ਕੋਈ ਚੱਕਰ ਨਹੀਂ, ਬੱਚੇ ਹੀ ਆ, ਬੱਚੇ ਹੀ ਆ, ਕੁੱਟ ਲਓ। ਠੀਕ ਹੈ ਠੀਕ ਹੈ। ਹੈਲੋ ਜੀ। ਹੈਲੋ, ਕੀ ਹਾਲ ਚਾਲ ਜੀ? ਵਧੀਆ। ਠੰਡ ਬਹੁਤ ਹੋ ਗਈ ਹੈ ਨਾ? ਹੋਬੀਜ਼ ਕੀ ਤੁਹਾਡੀਆਂ, ਸ਼ੌਂਕ ਕੀ ਹੈ? ਲਿਸਨਿੰਗ ਮਿਊਜ਼ਿਕ। ਜੇ ਮੈਂ ਕਹਾਂ ਨੱਚੋ? ਨਹੀਂ। ਜੇ ਮੈਂ ਕਹਾਂ ਆਓ ਅੱਗੇ ਆਓ? ਓ ਬੁੱਲ ਆਏ ਬੁੱਲ ਨਾ ਹਿੱਲਦੇ ਬਿੱਲੋ ਦੇ ਆ ਸਿਪ ਕਰ। ਅੱਛਾ ਲੈ ਲੈ, ਅਗਲਾ ਸਿਪ ਆਪ ਜੱਗਿਆ, ਅਗਲਾ ਆਓ ਅਗਲਾ ਸਿਪ। ਨਹੀਂ ਨਹੀਂ ਨਹੀਂ, ਕਿੱਦਾਂ? ਥੈਂਕ ਯੂ ਥੈਂਕ ਯੂ ਥੈਂਕ ਯੂ, ਬਹੁਤ 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 ਸ਼ੁਕਰੀਆ। ਦੇਖੋ ਕੋਨਫੀਡੈਂਸ ਐਂ ਹੀ ਖੁੱਲਦਾ ਹੁੰਦਾ। ਸੋ ਨੱਚਿਆ ਕਰੋ ਆਪਾਂ ਇੱਧਰ। ਹੈਲੋ ਜੀ। ਹੈਲੋ, ਕਹਾਂ ਸੇ ਬਿਲੋਂਗ ਕਰਤੇ ਹੋ? ਲਦਾਖ। ਲਦਾਖ ਸੇ? ਬਹੁਤ ਦੂਰ ਸੇ ਆਏ ਹੋ ਯਹਾਂ ਪੇ ਪੜ੍ਹਨੇ? ਯੈਸ। ਤੋ ਘਰ ਵਾਲੋਂ ਕੋ ਯਾਦ ਨਹੀਂ ਆਤੀ? ਓਬਵੀਅਸਲੀ ਆਤੀ ਹੈ। ਓਬਵੀਅਸਲੀ ਆਤੀ ਹੈ। ਤੋ ਕਿਤਨੇ ਟਾਈਮ ਬਾਅਦ ਚੱਕਰ ਲੱਗਤਾ ਹੈ? ਵਨ ਈਅਰ। ਵਨ ਈਅਰ ਕੇ ਬਾਅਦ? ਓਕੇ ਓਕੇ। ਆਪਕੋ ਕੌਨ ਕੌਨ ਸੀ ਭਾਸ਼ਾ ਆਤੀ ਹੈ? ਔਰ ਇੰਗਲਿਸ਼, ਹਿੰਦੀ, ਲਦਾਖੀ। ਅੱਛਾ, ਅਗਰ ਲਦਾਖੀ ਮੈਂ ਐਸੇ ਕਹਿਣਾ ਹੋ ਕਿ ਕੰਟੀਨੀ ਮੰਡੀਰੀ ਮੈਂ ਆਪ ਸਭੀ ਕਾ ਸਵਾਗਤ ਹੈ। ਸੰਗਮਾਲਾ ਕੰਟੀਨੀ ਮੰਡੀਰੀ ਨਾ ਸਕੁਚੇ ਸਵਾਗਤ ਸੁਜਤ। ਬਾ ਬਾ, ਥੈਂਕ ਯੂ ਥੈਂਕ ਯੂ ਥੈਂਕ ਯੂ, ਗੱਲ ਬਣ ਗਈ। ਥੈਂਕ ਯੂ ਥੈਂਕ ਯੂ, ਬਹੁਤ ਅੱਛੇ ਬਹੁਤ ਅੱਛੇ। ਸ਼ਾਮਾ ਕਾ ਸਾ ਸਾ ਕੰਟੀਨੀ ਮੰਡੀਰ ਥਾ ਕਿਮਾ? ਮਨੀ ਮੀ ਸੋਂਗ वंगमो। वंगमो या, मैंने सही बोला? आप भी लद्दाख से हो? नो, आई एम फ्रॉम भूटान। बाहर से? ओ बल्ले बल्ले, मैं है भूटान वाले में खड़ा हूं, देखो फोटो फोटो भाई। थैंक यू थैंक यू। तो इतनी अकेले आए हो यहां पे? आपका फ्रेंड्स भी आए? कोई फ्रेंड्स है? फ्रेंड्स हैं। कैसा लगा इंडिया? ये हरियाणा कैसा लगा? कॉलेज कैसा लगा? स्टाफ कैसा है यहां पे? स्टाफ अच्छे, एनवायरनमेंट सब मतलब कॉलेज में अच्छा है, बाहर अच्छा नहीं है। बाहर अच्छा नहीं है? अच्छा चलो, कॉलेज तो अच्छा है। क्रीम क्राम ला लिया करो भाई। सत श्री अकाल जी। ओ बल्ले, सत श्री अकाल, किदा? वधिया। कित्थों बिलोंग करदे हो? यहीं तो। नहीं, यहीं कित्थों? नारायणगढ़ तो। नारायणगढ़ तो? हां जी। आ बड़ा चंद्रा रंग पाया है, हैं? किन्ने दा है, कित्थों लेके आंदा है?
ਗਾਣਾ ਆਉਂਦਾ ਗਾਣਾ ਗਾਣਾ ਹਾਂਜੀ ਗਾਓ ਫਿਰ ਮੈਂ ਤੈਨੂੰ ਰੋਕ ਨਾ ਪਾਇਆ ਮੈਂ ਤੈਨੂੰ ਰੋਕਣਾ ਚਾਹਿਆ ਇੱਕ ਵਾਰੀ ਤੂੰ ਗਿਆ ਮੁੜ ਕੇ ਨਾ ਬਹੁਤ ਸੋਹਣੀ ਆਵਾਜ਼ ਬਾਈ ਜੀ ਥੈਂਕ ਯੂ ਮੇਰਾ ਵੀਰ ਅਤੇ ਆਪਾਂ ਅੱਗੇ ਚੱਲੀਏ ਉਸਤਾਦ ਜੀ ਤੁਸੀਂ ਆਓ ਮੈਂ ਤੁਲਨਾ ਕਰੂੰਗਾ ਜੋ ਪਹਿਲੇ ਗੀਤ ਥੇ ਜੋ ਆਜ ਗੀਤ ਹਮਾਰੇ ਕਲਾਕਾਰ ਬਣਾਉਣੇ ਲੱਗ ਰਹੇ ਹੈ ਪਹਿਲੇ ਗੀਤ ਥੇ ਟੋਟੇ ਹੁੰਦਾ ਨਾ ਪੰਜਾਬ ਰੋਂਦੇ ਰਾਵੀ ਨਾ ਚਨਾਬ ਪੈਂਦੀ ਬਾਗੇ ਵਾਲੀ ਐਵੇਂ ਨਾ ਲੱਗੀ ਬਹੁਤ ਅੱਛਾ ਕੈਸੀ ਦੁਨੀਆ ਦੀ ਬਣੀ ਤੱਕਦੀ ਬਹੁਤ ਵਧੀਆ ਉਸਤਾਦ ਜੀ ਅੱਜ ਕੱਲ੍ਹ ਕੋਈ ਬੰਦਾ ਬੁੰਦਾ ਮਾਰਨਾ ਤੇ ਦੱਸ ਮਾਨੋ ਗਾਣਾ ਗਾ ਰਹੇ ਹੈ ਜਾਂ ਸੁਪਾਰੀ ਮੰਗ ਰਹੇ ਹੈ ਇੱਕ ਵਾਰ ਹਮ ਟ੍ਰੇਨ ਮੇ ਗਏ ਅੱਛਾ ਜੀ ਟ੍ਰੇਨ ਮੇ ਇਤਨੀ ਭੀੜ ਥੀ ਕਿ ਆਪਣਾ ਹੱਥ ਵੀ ਆਉਣੇ ਮੂੰਹ ਤੱਕ ਲੈ ਜਾਣਾ ਬੜਾ ਮੁਸ਼ਕਿਲ ਥਾ ਅੱਛਾ ਜੀ ਇਤਨੇ ਆਦਮੀ ਟ੍ਰੇਨ ਕੇ ਅੰਦਰ ਥੇ ਇਸੇ ਕਹੀਂ ਜ਼ਿਆਦਾ ਟ੍ਰੇਨ ਸੇ ਉੱਪਰ ਵੀ ਛੱਤ ਕੇ ਉੱਪਰ ਥੇ ਅੱਛਾ ਜੀ ਇਤਨੇ ਮੇ ਇੱਕ ਆਦਮੀ ਨੇ ਬੀੜੀ ਜਲਾਈ ਉਸਕਾ ਜਲ ਰਿਹਾ ਥਾ ਜੀ ਕਿਉਂਕਿ ਉਸਕੀ ਬੀੜੀ ਹਮਨੇ ਪੀ ਉਸਕਾ ਹੱਥ ਉਸਕੇ ਮੂੰਹ ਤੱਕ ਨਹੀਂ ਗਿਆ ਕਿ ਉੱਪਰ ਕੀ ਸੀਟ ਕੇ ਉੱਪਰ ਇੱਕ ਆਦਮੀ ਮੁੰਗਲੀ ਚਬਾ ਰਿਹਾ ਥਾ ਛਿੱਕਲ ਮੇਰੇ ਕਾਨੋਂ ਮੇ ਸਰਕਾ ਰਿਹਾ ਥਾ ਮੈਨੇ ਗਰਦਨ ਕੋ ਤਬ ਹਟਾਇਆ ਜਬ ਉਹਨੇ ਸਿਗਰਟ ਸੁਲਗਾਇਆ ਮੈਨੇ ਕੈਸਟਰੇ ਸਮਝ ਕੇ ਮੇਰੇ ਕਹੀਂ ਕਾਨ ਮੇ ਨਾ ਬੁਝਾ ਦੇ ਇਤਨੇ ਮੇ ਇੱਕ ਭੱਦਰ ਮਹਿਲਾ ਨੇ ਤਾਂ ਹੱਦ ਹੀ ਕਰ ਦੀ ਅੱਛਾ ਜੀ ਇਤਨੇ ਮੇ ਇੱਕ ਭੱਦਰ ਮਹਿਲਾ ਨੇ ਹੱਦ ਹੀ ਕਰ ਦੀ ਆਪਣੇ ਬੱਚੇ ਕੀ ਦੂਧ ਕੀ ਸ਼ੀਸ਼ੀ ਮੇਰੇ ਉੱਠੋਂ ਮੇ ਦੱਸ ਬੱਚਾ ਰੋਣੇ ਹੈ ਚੁੱਪ ਨਹੀਂ ਹੋਇਆ ਪੀਠ ਥਪਥਪਾਈ ਮੇਰੀ ਜਾ ਰਹੀ ਥੀ ਕਿ ਸੋ ਜਾ ਬੇਟਾ ਸੋ ਜਾ ਇਹ ਤੋ ਰੇਲੋਂ ਕਾ ਹਾਲ ਹੈ ਇਸਕੋ ਭਾਰਤੀ ਰੇਲ ਯਾਤਰਾ ਕਹੇਂਗੇ ਮੈਂ ਤਾਂ ਉਸਕੋ ਯਾਤਰਾ ਹੀ ਕਹੂੰਗਾ ਥੈਂਕ ਯੂ ਸਲੂਟ ਹੈ ਤੁਹਾਨੂੰ ਤੁਸੀਂ ਬਹੁਤ ਵੱਡਾ ਬਹੁਤ ਵਧੀਆ ਮੈਸੇਜ ਵੀ ਦਿੱਤਾ ਹਸਾਇਆ ਵੀ ਸਾਨੂੰ ਬਾਕੀ ਜੋ ਸੱਚਾਈ ਦੀਆਂ ਗੱਲਾਂ ਨੇ ਉਹ ਉਸਤਾਦ ਜੀ ਨੇ ਆਪਣੇ ਹਨਾ ਜੋ ਐਕਸਪੀਰੀਅੰਸ ਸੀਗਾ ਉਹਨਾਂ ਦਾ ਰੇਲ ਯਾਤਰਾ ਹੋ ਗਈ ਹੋਰ ਹਸਾਇਆ ਉਹਨਾਂ ਨੇ ਵਧੀਆ ਗੱਲਾਂ ਕੀਤੀਆਂ ਸੋ ਹੁਣ ਪਾਉਂਦੇ ਹਾਂ ਜੀ ਫਨ ਅੱਛਾ ਔਰੇਂਜ ਅੱਜ ਰੰਗ ਪਾਇਆ ਇਸ ਕਰਕੇ ਔਰੇਂਜ ਬਿੰਦੀ ਅਤੇ ਨਾਲ ਔਰੇਂਜ ਟੱਪ ਮੈਚਿੰਗ ਔਰੇਂਜ ਕਲਿੱਬੀ ਹੈ ਤੁਸੀਂ ਪੁੱਛੋ ਪੂਰੀ ਸਪੋਰਟ ਕਰਿਆ ਕਰਨੀ ਮੇਰੀ ਔਰੇਂਜ ਕਲਿੱਬ ਬਹੁਤ ਵਧੀਆ ਟੌਰ ਕੱਢੀ ਹੋਈ ਹੈ ਪੜ੍ਹਾਉਂਦੇ ਹੋ ਇੱਥੇ ਨਹੀਂ ਹਾਂਜੀ ਜੋਬ ਕਰਦੀ ਹਾਂ ਐਡਮਿਨ ਡਿਪਾਰਟਮੈਂਟ ਮੇਂ ਐਜ਼ ਅ ਕਰੀਅਰ ਕਾਉਂਸਲਰ ਅੱਛਾ ਜੀ ਕੀ ਕੀ ਹੁੰਦਾ ਕੀ ਤੁਹਾਡਾ ਕੀ ਕੰਮ ਹੈ ਜੀ ਐਕਚੁਅਲੀ ਜੋ ਇੱਕ ਸਟੂਡੈਂਟਸ ਆਤੇ ਹੈ ਉਹਨੇ ਕਾਲਜ ਕੇ ਬਾਰੇ ਮੇਂ ਬਤਾਨਾ ਔਰ ਉਨਕੇ ਐਡਮਿਸ਼ਨ ਕਨਫਰਮ ਕਰਨਾ ਫਰਦਰ ਉਹਨੇ ਕੋਈ ਪ੍ਰੋਬਲਮ ਨਾ ਆਏ ਔਰ ਐਜ਼ ਵੈਲ ਐਜ਼ ਹੋਸਟਲ ਵਾਰਡਨ ਵੀ ਹੂੰ ਅੱਛਾ ਹੁਣ ਮੈਂ ਨਵਾਂ ਸਟੂਡੈਂਟ ਹਾਂ ਓਕੇ ਸਪੋਜ਼ ਕਰੋ ਠੀਕ ਹੈ ਤੁਸੀਂ ਹਨਾ ਐਡਮਿਨ ਸੈਲ ਦੇ ਵਿੱਚ ਹੈਗੇ ਹੋ ਤੇ ਤੁਸੀਂ ਮਾਈਕ ਫੜੋ ਤੁਸੀਂ ਮੈਨੂੰ ਕਾਲਜ ਬਾਰੇ ਦੱਸਣਾ ਹੈ ਹੁਣ ਬੱਚਾ ਇਧਰੋਂ ਆ ਰਿਹਾ ਜੀ ਨਵਾਂ ਸਟੂਡੈਂਟ ਹੈ ਤੁਸੀਂ ਇਹਨੂੰ ਇੱਥੇ ਪੜਾਉਣਾ ਵੀ ਸਮਝ ਗਏ ਬੱਚਾ ਆ ਰਿਹਾ ਠੀਕ ਹੈ ਹਾਂਜੀ ਬੇਟਾ ਪਲੀਜ਼ ਆਈਏ ਕੈਸੇ ਹੈਲਪ ਕਰ ਸਕਤੀ ਹੂੰ ਮੈਂ ਆਪਕੀ ਉਹ ਨਾ ਕਾਲਜ ਬਹੁਤ ਅੱਛਾ ਹੈ ਨਾ ਹੋਗਾ ਓਕੇ ਉਹ ਐਡਮਿਸ਼ਨ ਪੁੱਛਣਾ ਥਾ ਓਕੇ ਪਲੀਜ਼ ਬੈਠੀਏ ਥੱਲੇ ਬੈ ਨੋ ਪਲੀਜ਼ ਜੀ ਮੈਨੇ ਬਤਾਇਆ ਥਾ ਕਿ ਆਪ ਬੈਠੀਏ ਪਰ ਨੀਚੇ ਬੈਠਨੇ ਕੋ ਨਹੀਂ ਕਹਾ ਥਾ ਪਲੀਜ਼ ਗੈਟ ਅਪ ਹੁਣ ਖੜਾ ਹੈ ਫਿਰ ਐਡਮਿਸ਼ਨ ਹੋ ਜੂਗੀ ਹੋ ਗਈ ਐਡਮਿਸ਼ਨ ਨਹੀਂ ਨਹੀਂ ਮੈਂ ਬਤਾਤੀ ਹੂੰ ਆਗੇ ਕਿਆ ਕਰਤੇ ਹੋ ਬੇਟਾ ਆਪ ਪਲੱਸ ਟੂ ਕਲਾਸ ਮੇਂ 12ਵੀਂ ਕੀਤੀ ਓਕੇ ਕੌਨ ਸੀ ਬ੍ਰਾਂਚ ਸੇ ਬ੍ਰਾਂਚ ਜੀ ਮੋਗਾ ਆਈ ਮੀਨ ਟੂ ਸੇ ਪਲੱਸ ਟੂ ਕਲਾਸ ਮੇਂ ਆਪਕੇ ਪਾਸ ਕੌਨ ਸੇ ਸਬਜੈਕਟ ਥੇ ਆਰਟਸ ਤੋ ਔਰ ਆਪ ਕਰਨਾ ਕਿਆ ਚਾਹਤੇ ਹੋ ਅਭੀ ਬੀਏ ਕਾਲਜ ਮੇਂ ਬੀਏ ਨਹੀਂ ਕਰਾਤੇ ਹਾਂ ਫਿਰ ਤੁਸੀਂ ਦੂਸਰਾ ਕਰਾ ਦੋ ਜੀ ਜਿਹੜਾ ਤੁਹਾਡੇ ਕੋਲ ਹੈ ਅੱਛਾ ਠੀਕ ਹੈ ਪਲੱਸ ਟੂ ਕਲਾਸ ਮੇਂ ਆਪਕੇ ਪਾਸ ਮੈਥਸ ਥਾ ਹਾਂ ਥਾ 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 ਮੈਥਸ ਮੇਰਾ ਥਾ ਆਰਟਸ ਵਿਦ ਮੈਥ ਆਰਟਸ ਵਿਦ ਮੈਥ ਸੀ ਨਾ ਤੈਨੂੰ ਜ਼ਿਆਦਾ ਪਤਾ ਹਾਂ ਹਾਂਜੀ ਦੁਬਾਰਾ ਆਇਓ ਝਗੜਾ ਕਰਨੇ ਆਇਓ ਜਾਂ ਐਡਮਿਸ਼ਨ ਲੈਣ ਐਡਮਿਸ਼ਨ ਬੀਚ ਮੇਂ ਬੋਲਾ ਨਹੀਂ ਉਸਕੋ ਕਿਆ ਬੋਲਾ ਜੀ ਥੈਂਕ ਯੂ ਜੀ ਥੈਂਕ ਯੂ ਸੋ ਵਧੀਆ ਹੋ ਗਈ ਨਾਲੇ ਐਡਮਿਸ਼ਨ ਹੋ ਗਈ ਨਾਲੇ ਪਹਿਲਾਂ ਤਾਂ ਨਾ ਥੱਲੇ ਬਿਠਾ ਤਾ ਮੈਂ ਕਿਹਾ ਕੰਮ ਔਖਾ ਕਰ ਦੇਣਗੇ ਸੋ ਥੈਂਕ ਯੂ ਮੈਮ ਥੈਂਕ ਯੂ ਜੀ ਕੀ ਹਾਲ ਚਾਲ ਹੈ ਜੀ ਬੜੀਆਂ ਬੜਾ ਹੈ ਈਮੈਕਸ ਕਾ ਹੈ ਨਹੀਂ ਈਮੈਕਸ ਹੈਗਾ ਇਹ ਰੋਟੀ ਕੈਂਟੀਨ ਅਭੀ ਤੋ ਕੈਂਟੀਨ ਕਾ ਸੋ ਹੀ ਚੱਲ ਰਿਹਾ ਹਾਂ ਕੈਂਟੀਨ ਫਿਰ ਖਾਣਾ ਬਣਦਾ ਕਿਆ ਨਾਮ ਕਿਆ ਆਪਕਾ ਅਮਨ ਅਮਨ ਕਹਾਂ ਸੇ ਬਿਲੋਂਗ ਕਰਦੇ ਹੋ ਝਾਰਖੰਡ ਬੜੀ ਬੜੀ ਦੂਰੋਂ ਆਏ ਹੋ ਤੁਸੀਂ ਵੀ ਹਨਾ ਜੀ उसके बाद फिर बिहार का पूरा रंगत देखिए रंगत देखिए पूरा हॉस्टल से उठ के आ जाएगा बड़ा गाना गाना है गाना है आपके पास हॉस्टल माइक बजाइए पूरा बिहार आ जाएगा लाओ जी लाओ गाना लाओ ਸੋ ਇਹ ਸੀਗੇ ਜੀ ਬਿਹਾਰ ਵਾਲੇ
ਪੂਰੀ ਕਹਿੰਦੇ ਬਿਹਾਰ ਕੀ ਰੰਗਤ ਦਿਖਾ ਦੇਗੀ, ਇਹਨਾਂ ਨੇ ਰੰਗਤ ਦਿਖਾ ਦੇ ਜੀ। ਤਾਂ ਥੈਂਕ ਯੂ, ਥੈਂਕ ਯੂ, ਥੈਂਕ ਯੂ, ਬਹੁਤ ਵਧੀਆ, ਬਹੁਤ ਵਧੀਆ ਪੁੱਤ। ਕੀ ਨਾਮ ਹੈ ਜੀ? ਰੋਹਤਾਸ ਕੁਮਾਰ ਦਿਵਾਕਰ ਉਰਫ ਚੌਹਾਨ। ਆਏ ਹਾਏ ਹਾਏ, ਕਿਆ ਸਟਾਈਲ ਹੈ, ਕਿਆ ਸਟਾਈਲ ਹੈ ਉਰਫ ਚੌਹਾਨ ਜੀ। ਜੀ ਹਾਂਜੀ, ਇਹ ਜੋ ਨਾਮ ਹੈ ਆਪਕਾ ਬੜਾ ਸ਼ਾਇਰੀ ਅੰਦਾਜ਼ ਮੇ। ਹਾਂ, ਅੰਦਾਜ਼ ਮੇ ਹੈ, ਸ਼ਾਇਰੀ ਆਤੀ ਹੈ ਆਪਕੋ? ਪੂਰੀ ਆਤੀ ਹੈ। ਉਹ ਸੁਣਾਓ ਫਿਰ, ਆ ਜਾਓ। ਕੌਨ ਸੀ ਸੁਣਨਾ ਚਾਹਤੇ ਹੈਂ? ਜੈਸੀ ਮਰਜ਼ੀ, ਜੈਸੀ ਮਰਜ਼ੀ, ਬੜੀ ਅਸੀ ਸ਼ਾਇਰੀ ਹੋ। ਬੜੀ ਹੋਊਗੀ। ਹਾਂਜੀ, ਇਹ ਮਾਈਕ ਪਕੜੋ। ਕਿ ਇਹ ਚਾਂਦ ਤੂੰ ਇਤਨਾ ਮਚ ਚਮਕ, ਇਹ ਚਾਂਦ ਤੂੰ ਇਤਨਾ ਮਚ ਚਮਕ, ਜਾਂ ਔਰ ਵੀ ਚਾਂਦ ਰਹਿਤੇ ਹੋ, ਤੇਰੇ ਦਿਲ ਪੇ ਤੋ ਦਾਗ ਹੈ ਜਾਂ ਬੇਦਾਗ ਰਹਿਤੇ ਹੈ। ਵੈਸੇ ਦਿਲ ਨਹੀਂ ਕਰਦਾ ਕਿ ਮੈਂ ਇੱਥੋਂ ਜਾਵਾਂ, ਠੰਡ ਵੀ ਬਹੁਤ ਆ, ਹੋਰ ਨੱਚਣ ਨੂੰ ਦਿਲ ਕਰਦਾ। ਦੇਖੋ ਬਿਹਾਰ ਦੀ ਸੰਗਤ ਹੈ ਨਾ ਜੀ, ਝਾਰਖੰਡ ਦੀ ਸੰਗਤ, ਕੋਈ ਰਾਂਚੀ ਤੋਂ ਆਇਆ ਹੋਇਆ, ਸੋ ਬਾਹਰੋਂ ਬਾਹਰੋਂ ਪੰਜਾਬ ਤੋਂ, ਹਰਿਆਣੇ ਤੋਂ ਬਾਹਰੋਂ ਆਏ ਸੀਗੇ। ਬਹੁਤ ਫਨ ਕੀਤਾ, ਬਹੁਤ ਵਧੀਆ ਲੱਗਿਆ ਮੈਨੂੰ ਪੂਰਾ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇੰਜੋਏ ਕੀਤਾ ਹੋਊਗਾ ਅੱਜ ਦਾ ਐਪੀਸੋਡ। ਸੋ ਅਗਲੇ ਵਾਰੀ ਇੱਕ ਹੋਰ ਕੈਂਪਸ ਦੀ ਕੰਟੀਨ ਦੇ ਨਾਲ ਮਿਲਾਂਗੇ। ਸੋ ਤਦ ਤੱਕ ਲਈ ਦੋ ਰਵਨੀਤ ਨੂੰ ਬਾਏ ਬਾਏ। ਸੋ ਐਮਐਚ1 ਨੂੰ ਪਿਆਰ ਕਰਦੇ ਰਹੋ, ਕੰਟੀਨੀ ਮੰਡੀਰ ਨੂੰ ਪਿਆਰ ਕਰਦੇ ਰਹੋ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕਸ ਫੋਰ ਵਾਚਿੰਗ ਕੰਟੀਨੀ ਮੰਡੀਰ। ਔਰ ਐਮਐਚ1 ਕੰਟੀਨੀ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ। ਥੈਂਕ ਯੂ ਸੋ ਮੱਚ।